कि महिंद्रा की गड्डी लैन नालों चंगा थ्री व्हीलर ले लो, ताड़ी अपनी कमाई का साधन बन जूगा, सारी जिंदगी सुखी रहोगे, ये नालों बहुत वधिया रहोगे। महिंद्रा की गड्डी ना लो, बिल्कुल ना लो। ਤੋ ਤੁਹਾਡੇ ਕਸਟਮਰ ਤੇ ਤੁਸੀਂ ਪੁਲਿਸ ਬੁਲਾ ਰਹੇ? ਨਹੀਂ ਨਹੀਂ ਨਹੀਂ, ਤੁਹਾਡੇ ਕਸਟਮਰ ਤੇ ਪੁਲਿਸ ਨਹੀਂ ਹੈਗੇ ਜੀ। ਉਹ ਨਹੀਂ ਨਹੀਂ, ਸੋਨ ਕੋਈ ਕਸਟਮਰ ਨਹੀਂ ਹੈਗੇ। 15 ਲੱਖ ਕਹੋ, ਜਦੋਂ 15 ਲੱਖ ਨਹੀਂ ਤੁਸੀਂ ਆਪਣੇ ਕਸਟਮਰ ਤੇ ਪੁਲਿਸ ਬੁਲਾ ਰਹੇ ਹੋ? ਇਹ ਦਾਦਾ ਮੋਟਰ ਵਾਲੇ? ਨਹੀਂ 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 ਨਹੀਂ, ਸੌਰੀ ਮੈਂ ਨਹੀਂ ਬੈਠਦੇ। ਤੁਸੀਂ ਆਪ ਹੀ ਕਿਹਾ ਪੁਲਿਸ ਬੁਲਾ ਰਹੇ ਹੋ ਬਾਈ ਜੀ? ਮਹੀਨੇ ਦੇ ਵਿੱਚ ਘੱਟੋ ਘੱਟ 10-15 ਵਾਰ ਕਹਿੰਦੇ ਅਸੀਂ ਜਾ ਆਏ ਆ, ਤੇ ਜਿਹੜੀ 400 ਕਿਲੋਮੀਟਰ ਗੱਡੀ ਚੱਲੀ ਹੋਈ, ਸਿਰਫ 400 ਕਿਲੋਮੀਟਰ ਦੇ ਉੱਤੇ ਖਰਾਬ ਹੋ ਜਾਂਦੀ ਆ, ਤੇ ਉਸ ਤੋਂ ਬਾਅਦ ਕੋਈ ਵੀ ਸੁਣਵਾਈ ਨਹੀਂ ਹੁੰਦੀ, ਤੇ ਕੰਪਨੀ ਜਦੋਂ ਗੱਡੀ ਵੇਚਣੀ ਹੁੰਦੀ ਆ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੀ ਇਹ ਸਾਡੀ ਕੰਪਨੀਆਂ ਦੇ ਵਿੱਚ ਨਵੇਂ ਨਵੇਂ ਜਿਹੜੇ ਕੀ ਆ ਸਹੂਲਤਾਂ ਦਿੱਤੀਆਂ ਜਾਣਗੀਆਂ। ਸੋ ਇਹਦੇ ਵਿੱਚ ਡਸਟਬਿਨ ਬਣਾਇਆ ਗਿਆ, ਕਵਾੜ ਰੱਖ ਕੇ ਡਸਟਬਿਨ ਬਣਾਇਆ ਗਿਆ ਸੋ ਗੱਡੀ ਨੂੰ। ਪੁਰਾਣੀ ਗੱਡੀ ਦਾ ਬੰਪਰ ਲਾ ਕੇ ਪੁਰਾਣਾ ਬੰਪਰ ਪਾ ਦਿੱਤਾ, ਅੱਗੇ ਲੋਗੋ ਪੁਰਾਣਾ ਲੱਗਾ ਹੋਇਆ ਜੀ। ਆ ਦੇਖੋ ਜੀ, ਸੋ ਨਵੀਂ ਗੱਡੀ ਜਿਹੜੀ ਕਿ ਦੂਜਾ ਮਾਡਲ ਆਏ ਦਾ, ਇਹ ਜਿਹੜੀ ਸਪੋਰਟਸ ਮਾਡਲ ਦੀ ਗੱਡੀ ਹੈ ਤਾਂ? ਹਾਂਜੀ, ਇਹ ਪੁਰਾਣੇ ਮਾਡਲ ਦੀ ਗੱਡੀ ਹੈ ਜੀ, ਜਿਹਦਾ ਲੋਗੋ ਪੁਰਾਣਾ ਸੀਗਾ, ਇਹਨਾਂ ਨੇ ਪੁਰਾਣਾ ਬਣਾਤਾ, ਪਿੱਛੋਂ ਨਵਾਂ ਬਟਰਫਲਾਈ ਵਾਲਾ ਲੋਗੋ ਚੱਲ ਰਿਹਾ। ਆਹ ਜਿਹੜਾ ਬੰਪਰ ਆ ਇਹਦੇ ਤੋਂ, ਆਹ ਜਿਹੜਾ ਪੁਰਾਣਾ ਬਿਲਕੁਲ ਨਹੀਂ ਲੱਗ ਰਿਹਾ। ਦੇਖੋ ਸਾਰਾ ਖਰਾਬ ਬੰਪਰ ਇਹਨਾਂ ਨੇ ਪਾਇਆ ਜੀ। ਜੀ ਚਲੋ, ਕਮ ਸੇ ਕਮ ਗਿਨੀਜ਼ ਬੁੱਕ ਆਫ ਵਰਲਡ 'ਚ ਸਾਡੇ ਭਰਾ ਦਾ ਨਾਮ ਆਏਗਾ ਵੀ 15 ਲੱਖ ਦਾ ਡਸਟਬਿਨ ਰੱਖਣ ਦਾ ਦਮ ਰੱਖਿਆ। ਨਾ ਅੰਬਾਨੀ ਨੇ ਰੱਖਿਆ, ਨਾ ਅਡਾਨੀ ਨੇ ਰੱਖਿਆ। ਉਹ ਅੱਜ ਤੱਕ ਮੈਨੂੰ ਇਹਨਾਂ ਦੇ ਬਿੱਲ ਤੱਕ ਨਹੀਂ ਮਿਲੇ ਹੈਗੇ, ਵਿਦਆਊਟ ਨੰਬਰ ਪਲੇਟ, ਵਿਦਆਊਟ ਫਾਸਟੈਗ ਮੈਂ ਗੱਡੀ ਲੈ ਕੇ ਗਿਆ, ਅਪਲਾਈਡ ਫੋਰ ਸਟਿੱਕਰ ਲਗਾ ਕੇ ਗੱਡੀ ਅਸੀਂ ਲੈ ਕੇ ਗਏ। ਫਾਸਟੈਗ ਦੇ ਪੈਸੇ ਅਸੀਂ ਦਿੱਤੇ ਹੋਏ ਇਹਨਾਂ ਨੂੰ, 800 ਰੁਪਇਆ ਫਾਈਲ ਦੇ ਵਿੱਚ ਲੱਗਾ ਹੋਇਆ ਫਾਸਟੈਗ ਦਾ ਲੱਗਾ ਹੋਇਆ। ਅਸੀਂ ਜਾ ਕੇ ਉੱਥੇ ਫਿਰ ਨਵਾਂ ਫਾਸਟੈਗ ਆਪਣੇ ਕੋਲੋਂ ਲਵਾਇਆ। ਜਦੋਂ ਮੈਂ GM ਨੂੰ ਗਿਆ, ਮੈਂ ਕਿਹਾ ਤੁਸੀਂ ਫਾਸਟੈਗ ਸਾਨੂੰ ਤੁਸੀਂ ਦਿੱਤਾ ਨਹੀਂ, ਅਸੀਂ ਸਾਨੂੰ ਬਾਹਰੋਂ ਲੈਣਾ ਪਿਆ। ਕਹਿੰਦਾ ਯਾਰ ਜੇ ਤੁਸੀਂ 15 ਲੱਖ ਦੀ ਗੱਡੀ ਲੈ ਸਕਦੇ ਹੋ ਤਾਂ ਛੋਟੀ ਛੋਟੀਆਂ ਕੀ ਗੱਲਾਂ ਕਰਦੇ? ਮਤਲਬ ਜੇ ਅਸੀਂ ਆਪਣਾ 800 ਰੁਪਏ ਦੀ ਕੋਈ ਵੈਲਿਊ ਹੈ ਨਹੀਂ ਗੀ। ਸੋ ਪ੍ਰਾਈਮ ਉੱਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਸੋ ਦੋਸਤੋ, ਢੋਲ ਨਗਾਰੇ ਵੱਜ ਰਹੇ ਨੇ, ਵਧਾਈਆਂ ਲੈਣ ਵਾਲੀਆਂ ਵੀ ਆਈਆਂ ਹੋਈਆਂ। ਸੋ ਵਧਾਈਆਂ ਲੈਣ ਆਈਆਂ, ਕਿਉਂ ਆਈਆਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਸੋ ਇੱਕ ਗੱਡੀ ਮਹਿੰਦਰਾ ਦੀ ਨਵੀਂ ਗੱਡੀ ਇੱਕ ਬੰਦਾ ਲੈ ਕੇ ਆਇਆ। ਸੋ ਪਰ ਉੱਤੇ ਯੂਜ਼ ਵੀ ਡਸਟਬਿਨ ਲਿਖਿਆ ਹੋਇਆ, ਡਸਟਬਿਨ ਲਿਖਿਆ। ਸੋ ਇੱਕ ਸ਼ਖਸ ਸਾਡੇ ਨਾਲ ਨੱਚਦੇ ਪਏ, ਨੱਚਣ ਦੇ। ਸੋ ਨੱਚਣ ਵਾਲੇ ਮਾਹੌਲ 'ਚ ਨੇ ਭਾਈ, ਨੱਚਣ ਵਾਲੇ ਮਾਹੌਲ 'ਚ ਲੱਗ ਰਹੇ ਹੋ, ਕੀ ਕਹਿਣਾ? ਅਸੀਂ 15 ਲੱਖ ਦਾ ਡਸਟਬਿਨ ਲੈ ਰਹੇ ਹਾਂ ਜੀ, 15 ਲੱਖ ਰੁਪਇਆ ਲਾ ਕੇ ਡਸਟਬਿਨ, ਨਾ ਅੰਬਾਨੀ ਕੇ ਪਾਸ, ਨਾ ਅਡਾਨੀ ਕੇ ਪਾਸ, ਸਿਰਫ ਵਿਨੋਦ ਸੱਪਰਵਾਲ ਕੇ ਪਾਸ 15 ਲੱਖ ਦਾ ਡਸਟਬਿਨ ਜੀ। ਹਾਂਜੀ, ਨੱਚਣ ਵਾਲਾ ਮਾਹੌਲ ਬਣਿਆ, ਵਧਾਈ ਲੈਣ ਵਾਲੀਆਂ ਵੀ ਆਈਆਂ ਹੋਈਆਂ, ਢੋਲੀ ਵੀ ਆਇਆ ਹੋਇਆ। ਇਹ ਗੱਡੀ ਦੇ ਉੱਤੇ ਡਸਟਬਿਨ ਲਿਖਿਆ ਹੋਇਆ, ਨਾ ਅੰਬਾਨੀ ਕੇ ਪਾਸ, ਨਾ ਅਡਾਨੀ ਕੇ ਪਾਸ, ਆਨੰਦ ਮਹਿੰਦਰਾ ਕਾ 15 ਲੱਖ ਕਾ ਡਸਟਬਿਨ ਵਿਨੋਦ ਸੱਪਰਵਾਲ ਕੇ ਪਾਸ। ਇਹ ਸਰ ਮਾਮਲਾ ਹੈ ਕਿ ਇਹ ਨਵੀਂ ਗੱਡੀ ਦੇ ਲੋਕ ਖੁਸ਼ੀਆਂ ਮਨਾਉਂਦੇ ਆ, ਇਰਦ ਗਿਰਦ ਲੋਕਾਂ ਨੂੰ ਮਿਠਾਈਆਂ ਖਿਲਾਉਂਦੇ, ਪਰ ਤੁਸੀਂ ਡਸਟਬਿਨ ਲਿਖਿਆ ਹੋਇਆ? ਸਰ 400 ਕਿਲੋਮੀਟਰ ਗੱਡੀ ਨਹੀਂ ਚੱਲੀ ਜੀ, ਜੀ ਟੂਲ ਤੇ ਬੰਦ, ਅਸੀਂ ਮਾਤਾ ਦੇ ਮੱਥਾ ਟਿਕਾਉਣ ਲੈ ਕੇ ਗਏ ਸੀਗੇ ਸਾਡੀ ਨਵੀਂ ਗੱਡੀ। ਹਾਂਜੀ ਜੀ, ਅਸੀਂ ਚਿੰਤਪੁਰਨੀ ਮਾਤਾ ਤੋਂ ਮੱਥਾ ਟਿਕਾ ਕੇ ਵਾਪਸ ਆ ਰਹੇ ਹਾਂ, ਸਾਨੂੰ ਮਿਸਿੰਗ ਮਾਰਨ ਲੱਗ ਗਈ ਗੱਡੀ। ਜਿੱਦਾਂ ਹੀ ਅਸੀਂ ਉੱਤੇ ਪਹੁੰਚੇ, ਫਲੋਰ ਪਹੁੰਚੇ, ਨਾਲ ਹੀ ਗੱਡੀ ਬੰਦ ਹੋ ਗਈ ਜੀ ਸਾਡੀ। ਅਤੇ ਉਸ ਤੋਂ ਬਾਅਦ ਅਸੀਂ ਲਗਾਤਾਰ ਇਹਨਾਂ ਨੂੰ ਫੋਨ ਕਰਦੇ ਰਹੇ, ਸਾਡੀ ਕੋਈ ਸੁਣਵਾਈ ਨਹੀਂ ਕੀਤੀ। 1 ਵਜੇ ਇਹਨਾਂ ਨੇ ਰਾਤੀ ਟੋ ਵਾਲੀ ਮਸ਼ੀਨ ਭੇਜੀ ਸਾਡੇ ਕੋਲੋਂ ਜੀ, ਜਿੱਦਾਂ ਹੀ ਟੋ ਵਾਲੀ ਆਈ ਗੱਡੀ ਸਾਡੇ ਕੋਲ, ਉਸ ਤੋਂ ਬਾਅਦ ਗੱਡੀ ਲੈ ਗਈ, ਨਾ ਉਹਨੇ ਸਾਨੂੰ ਕੋਈ ਰਸੀਦ ਦਿੱਤੀ, ਨਾ ਕੁਛ ਦਿੱਤਾ। ਕਹਿੰਦਾ ਜੀ ਤੁਸੀਂ ਜਾ ਕੇ ਸਵੇਰੇ ਆਪਣੀ ਉੱਥੇ ਕੰਪਨੀ ਗੱਲ ਕਰੀਓ, ਤੁਹਾਨੂੰ ਪਤਾ ਚੱਲ ਜੂ ਤੁਹਾਡੀ ਗੱਡੀ ਕਿੱਥੇ ਹੈ ਜੀ। ਜਦੋਂ ਅਸੀਂ ਕੰਪਨੀ ਜਾ ਕੇ ਅਗਲੇ ਦਿਨ ਗੱਲ ਕੀਤੀ, ਕਹਿੰਦਾ ਜੀ ਤੁਹਾਡੀ ਗੱਡੀ ਦੀ ਟੈਸਟ ਡਰਾਈਵ ਲਿੱਤੀ ਜਾ ਰਹੀ ਹੈ, ਇਹਦੇ ਵਾਲ ਖਰਾਬ ਹੋ ਗਏ ਨੇ ਜੀ ਇੰਜਨ ਦੇ। ਅਸੀਂ ਜੀ ਇੰਜਨ ਦੇ ਵਾਲ ਇਹਨਾਂ ਨੇ ਚੇਂਜ ਕੀਤੇ, ਫਿਰ ਇਹਨਾਂ ਨੇ ਇੱਕ ਸੈਂਸਰ ਬਦਲਿਆ ਜੀ,
ਤੇ ਜਦੋਂ ਬਦਲ ਕੇ ਦੇ ਦਿੱਤੀ ਗੱਡੀ ਇਹਨਾਂ ਦਾ ਡਰਾਈਵਰ ਆਇਆ ਤੇ ਗੱਡੀ ਖੜੀ ਕਰਕੇ ਨਾ ਚਲੇ ਗਿਆ ਜੀ ਜੀ ਜਦੋਂ ਅਸੀਂ ਬਾਹਰ ਨਿਕਲ ਕੇ ਸਾਡੇ ਨਾਲ ਦੇ ਆਏ ਸੀਗੇ ਭਾਜੀ ਆਏ ਸਾਡੇ ਨਾਲ ਜੀ ਇਹਨਾਂ ਦੀ ਨਾਲ ਹੀ ਸ਼ੋਪ ਹੈ ਇਹਨਾਂ ਨੇ ਆ ਕੇ ਕਿਹਾ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਤੋਂ ਸਾਰੀ ਡੈਮੇਜ ਸੀਗੀ ਜੀ ਅਸੀਂ ਕਿਹਾ ਸਾਡੀ ਤਾਂ ਇੱਥੇ ਖੜੀ ਹੈ ਅਸੀਂ ਜਦੋਂ ਕੰਪਨੀ ਫੋਨ ਕੀਤਾ ਨਾਲ ਹੀ ਕੰਪਨੀ ਅਸੀਂ ਕਿਹਾ ਡਰਾਈਵਰ ਬੁਲਾਓ ਉਹਨਾਂ ਨੇ ਡਰਾਈਵਰ ਭੇਜ ਕੇ ਗੱਡੀ ਮੰਗਾਈ ਹੈ ਅਗਲੇ ਦਿਨ ਸਾਡੀ ਬੈਠ ਗਿਆ ਇਹੀ ਗੱਲ ਹੋਈ ਹੈ ਸੈਟਲ ਉਹਨਾਂ ਨਾਲ ਚਲੋ ਅਸੀਂ ਤੁਹਾਡੀ ਗੱਡੀ ਦਾ ਬੰਪਰ ਨਿਊ ਪਾ ਦਿੰਦੇ ਹਾਂ ਇਹਨੂੰ ਇਹਨਾਂ ਨੇ ਜੀ ਪੁਰਾਣੀ ਗੱਡੀ ਦਾ ਬੰਪਰ ਲਾ ਕੇ ਪੁਰਾਣਾ ਬੰਪਰ ਪਾ ਦਿੱਤਾ ਜੀ ਅੱਗੇ ਲੋਗੋ ਪੁਰਾਣਾ ਲੱਗਾ ਹੋਇਆ ਜੀ ਆ ਦੇਖੋ ਜੀ ਸੋ ਨਵੀਂ ਗੱਡੀ ਜਿਹੜੀ ਕਿ ਇਹ ਦੂਜਾ ਮਾਡਲ ਆਇਆ ਦਾ ਇਹ ਜਿਹੜੀ ਸਪੋਰਟਸ ਮਾਡਲ ਦੀ ਗੱਡੀ ਹੈ ਤਾਂ ਹਾਂਜੀ ਇਹ ਪੁਰਾਣੇ ਮਾਡਲ ਦੀ ਗੱਡੀ ਹੈ ਜੀ ਜਿਹਦਾ ਲੋਗੋ ਪੁਰਾਣਾ ਸੀਗਾ ਇਹਨਾਂ ਨੇ ਪੁਰਾਣਾ ਬਣਾਤਾ ਪਿੱਛੋਂ ਨਵਾਂ ਬਟਰਫਲਾਈ ਵਾਲਾ ਲੋਗੋ ਚੱਲ ਰਿਹਾ ਆ ਜਿਹੜਾ ਬੰਪਰ ਆ ਇਹਦੇ ਤੋਂ ਆ ਜਿਹੜਾ ਪੁਰਾਣਾ ਬਿਲਕੁਲ ਹੀ ਲੱਗ ਰਿਹਾ ਆ ਦੇਖੋ ਸਾਰਾ ਖਰਾਬ ਬੰਪਰ ਇਹਨਾਂ ਨੇ ਪਾਇਆ ਜੀ ਜੀ ਤੇ ਅੱਗੋਂ ਕਹਿੰਦੇ ਜੀ ਪਿੱਛੇ ਨਵੇਂ ਮਾਡਲ ਦਾ ਬੰਪਰ ਲੱਗਾ ਹੋਇਆ ਜੀ ਪਿੱਛੇ ਲੋਗੋ ਪੁਰਾਣੇ ਨਵੇਂ ਮਾਡਲ ਦਾ ਅੱਗੇ ਪੁਰਾਣੇ ਮਾਡਲ ਦਾ ਜੀ ਤੇ ਉਹ ਕਹਿੰਦੇ ਜੀ ਅਸੀਂ ਹੁਣ ਤੁਹਾਨੂੰ ਲੋਗੋ ਚੇਂਜ ਕਰ ਦਿੰਦੇ ਆ ਅਸੀਂ ਜਿਹੜੀ ਗੱਡੀ ਦਾ ਇੰਜਨ ਖੁੱਲ ਗਿਆ 15 ਲੱਖ ਰੁਪਏ ਲਾਉਣ ਤੋਂ ਬਾਅਦ 20,000 ਰੁਪਏ ਦੀ ਇੰਸਟਾਲਮੈਂਟ ਬਣੀ ਹੈ ਜੀ 7 ਸਾਲ ਦੀ ਅਸੀਂ ਕਿਸ਼ਤਾਂ ਦੇਣੀਆਂ ਨੇ ਅਸੀਂ ਇੰਜਨ ਖੁੱਲੀ ਹੋਈ ਗੱਡੀ ਕਿਉਂ ਚਲਾਵਾਂਗੇ ਸਾਡੀ ਕੋਈ ਸੁਣਵਾਈ ਨਹੀਂ ਦੇ ਰਹੇ ਕਰ ਰਹੇ ਅੱਗੋਂ ਸਾਨੂੰ ਕਹਿ ਰਿਹਾ ਜੀ ਜਿਹੜਾ GM ਸੀਗਾ ਉਹ ਸਾਨੂੰ ਬਦਤਮੀਜ਼ੀ ਕਰ ਰਿਹਾ ਸਾਡੇ ਨਾਲ ਮੈਂ ਨੀਤੀ ਦਾਦਾ ਨੂੰ ਫੋਨ ਕੀਤਾ ਸੀ ਕਹਿੰਦਾ ਜੀ ਤੁਸੀਂ ਨੀਤੀ ਦਾਦਾ ਨੂੰ ਫੋਨ ਕਿਉਂ ਕੀਤਾ ਵੀ ਸਾਡਾ ਰਾਈਡ ਬੰਦਾ ਜੇ ਸਾਨੂੰ ਪ੍ਰੋਬਲਮ ਆਈ ਅਸੀਂ ਮਾਲਕ ਨੂੰ ਫੋਨ ਕਰਾਂਗੇ ਤੇ ਅੱਜ ਸਵੇਰੇ ਜੀ ਸਾਨੂੰ 6 ਨੰਬਰ ਥਾਣੇ ਤੋਂ ਸਾਨੂੰ ਫੋਨ ਆ ਗਿਆ ਜੀ ਤੁਹਾਡੇ ਉੱਪਰ ਕੰਪਲੇਂਟ ਦਿੱਤੀ ਦਾਦਾ ਮੋਟਰ ਨੇ ਇਹ ਕਿਹੜਾ ਕੰਪਲੇਂਟ ਹੋ ਗਈ ਗੁਨਾ ਵੀ ਤੁਹਾਨੂੰ ਵੀ ਗਲਤ ਮਾਲ ਵੇਚਿਆ ਤਾਂ ਤੁਹਾਡੇ ਦੀ ਕੰਪਲੇਂਟ ਹਾਂਜੀ ਸਾਡੇ ਦੀ ਕੰਪਲੇਂਟ ਕਰ ਕਿੰਨੇ ਦਿਨ ਹੋ ਗਏ ਜੇ ਗੱਡੀ ਨੂੰ ਇੱਥੇ ਤੁਹਾਡੇ ਅੱਜ ਸਾਡੇ ਕੋਲ ਹੋ ਗਏ ਜੀ ਮਹੀਨਾ ਹੋਣ ਵਾਲਾ ਹਜੇ ਮਹੀਨਾ ਨਹੀਂ ਹੋਇਆ ਪੂਰਾ ਇਹਦੇ ਵਿੱਚ ਅਸੀਂ ਮਹੀਨੇ ਦੇ ਵਿੱਚ ਘੱਟੋ ਘੱਟ ਭਾਜੀ ਇੰਨੀ ਕੁ ਵਾਰ ਖੱਜਲ ਖਵਾਰ ਹੋ ਚੁੱਕੇ ਹਾਂ ਬੰਦੇ ਪਿੱਛੇ ਕਿ ਕੰਪਨੀ ਵਾਲਿਆਂ ਨੇ ਤਾਂ ਕੀ ਸੁਣਵਾਈ ਦੇਣੀ ਉਹ ਕੰਪਨੀ ਵਾਲੇ ਨੇੜੇ ਨਹੀਂ ਲੱਗਣ ਦਿੰਦੇ ਕਿਸੇ ਨੂੰ ਉਹ ਕਹਿੰਦੇ ਭਾਜੀ ਤੁਸੀਂ ਤੁਹਾਨੂੰ ਅਸੀਂ ਗੱਡੀ ਵੇਚਤੀ ਸਾਡਾ ਕੰਮ ਫਰੀ ਆ ਅਸੀਂ ਲੋਕੀ ਅਸੀਂ ਤਾਂ ਇਹ ਕਹਿੰਦੇ ਆ ਕਿ ਗੱਡੀ ਮਹਿੰਦਰਾ ਵਾਲਿਆਂ ਦੀ ਨਾਲ ਉਹ ਜ਼ਿਆਦਾ ਵਧੀਆ ਇਹਦੇ ਨਾਲ ਚੰਗਾ ਬੰਦਾ ਇਸੇ ਲਈ ਲੋਕੀ ਕਹਿੰਦੇ ਆ ਫਿਰ ਲੋਕੀ ਸੋਚਦੇ ਆ ਕਿ ਮਰੂਤੀ ਸੁਜੂਕੀ ਵਾਲੇ ਅੱਗੇ ਕਿਉਂ ਲੰਘ ਰਿਹਾ ਇਸੇ ਕਰਕੇ ਲੰਘ ਰਿਹਾ ਕਿਉਂਕਿ ਇਹਨਾਂ ਦੀ ਸਰਵਿਸ ਨਹੀਂ ਚੰਗੀ ਅਸੀਂ ਕਿਹਾ ਇਹ ਸਰਵਿਸ ਚੰਗੀ ਦਿੰਦੇ ਨਾ ਕੋਈ ਕੰਮ ਦਾ ਇੰਡੀਆ ਦਾ ਆਪਾਂ ਚੱਲਾਂਗੇ ਨਾਲ ਜੀ ਵੀ ਚਲੋ ਆਪਾਂ ਮੇਨ ਇਨ ਇੰਡੀਆ 'ਚ ਆਪਾਂ ਗੱਡੀ ਲਵਾਂਗੇ ਆਪਣੇ ਕੋਲ ਪਰ ਇਹਨਾਂ ਦੀ ਕੋਈ ਸਰਵਿਸ ਹੀ ਨਹੀਂ ਦਾਦਾ ਮੋਟਰ ਪਾਈ ਪਾਈ ਜੋੜ ਕੇ ਬੰਦਾ ਕਿਸ ਤਰ੍ਹਾਂ ਗੱਡੀ ਲੈਂਦਾ ਇਹ ਤਾਂ ਉਸ ਬੰਦੇ ਨੂੰ ਪੁੱਛੋ ਜਿੰਨੇ ਕਿਸ਼ਤ ਦੇਣੀ ਹੈ ਹਰੇਕ ਮਹੀਨੇ ਦੀ 25,000 ਰੁਪਇਆ ਅਗਲਾ ਆਪਣੇ ਜ਼ਮੀਰ ਸਾਰਾ ਕੁਝ ਗਿਰਵੀ ਰੱਖ ਕੇ ਇੱਥੇ ਕੰਮ ਕਰਦੇ ਆ ਅਸੀਂ ਇੱਥੇ ਇੱਕ ਇੱਕ ਰੁਪਈਏ ਨੂੰ ਮਰਦੇ ਆ ਸੋ ਉਹਨਾਂ ਕੋ ਵੀ ਚੱਲਦੇ ਜਿਨ੍ਹਾਂ ਨੇ ਗੱਡੀ ਲਈ ਜਿੱਥੇ ਦਾ ਨੱਚ ਟੱਪ ਕੇ ਖੁਸ਼ੀਆਂ ਮਨਾਉਣ ਵਾਲਾ ਮਾਹੌਲ ਸੀ ਪਰ ਨੱਚ ਟੱਪ ਕੇ ਗਮ ਮਨਾਏ ਜਾ ਰਹੇ ਲੱਡੂ ਵੀ ਖਵਾਏ ਜਾ ਰਹੇ ਲੋਕਾਂ ਨੂੰ ਫਿਰ ਵੀ ਇਹ ਲੱਡੂ ਜਿਹੜੇ ਖਲਾਣ ਦੀ ਗੱਲ ਆ ਦੇਖੇ ਇੱਕ ਕੰਪਨੀ ਜਿਹੜੀ ਕਿ ਮਹਿੰਦਰਾ ਆਪਣੇ ਆਪ 'ਚ ਲੋਕ ਕਹਿੰਦੇ ਆ ਮੋਦੀ ਸਾਹਿਬ ਕਹਿੰਦੇ ਆ ਮੇਕ ਇਨ ਇੰਡੀਆ ਲਓ ਤਾਂ ਮੇਕ ਇਨ ਇੰਡੀਆ ਲੈਣ ਤੋਂ ਬਾਅਦ ਜੇ ਮੇਕ ਇਨ ਇੰਡੀਆ ਦੀ ਮੋਦੀ ਸਾਹਿਬ ਸੁਣਵਾਈ ਵੀ ਹੋਣੀ ਚਾਹੀਦੀ ਆ ਪਰ ਇੱਥੇ ਦੱਸ ਦਿਓ ਕਿ ਬਿਲਕੁਲ ਬ੍ਰੈਂਡ ਨਿਊ ਗੱਡੀ ਜਿਹੜੇ ਕਿ ਹਜੇ ਮਹੀਨੇ ਦੇ ਵਿੱਚ ਘੱਟੋ ਘੱਟ 10-15 ਵਾਰ ਕਹਿੰਦੇ ਅਸੀਂ ਜਾ ਆਏ ਹਾਂ ਤਾਂ ਜਿਹੜੀ 400 ਕਿਲੋਮੀਟਰ ਗੱਡੀ ਚੱਲੀ ਹੋਈ ਸਿਰਫ 400 ਕਿਲੋਮੀਟਰ ਦੇ ਉੱਤੇ ਖਰਾਬ ਹੋ ਜਾਂਦੀ ਆ ਅਤੇ ਉਦੋਂ ਬਾਅਦ ਕੋਈ ਵੀ ਸੁਣਵਾਈ ਨਹੀਂ ਹੁੰਦੀ ਅਤੇ ਕੰਪਨੀ ਜਦੋਂ ਗੱਡੀ ਵੇਚਣੀ ਹੁੰਦੀ ਆ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੀ ਇਹ ਸਾਡੀ ਕੰਪਨੀਆਂ ਦੇ ਵਿੱਚ ਨਵੇਂ ਨਵੇਂ ਜਿਹੜੇ ਕੀ ਆ ਸਹੂਲਤਾਂ ਦਿੱਤੀਆਂ ਜਾਣਗੀਆਂ ਸੋ ਇਹਦੇ ਵਿੱਚ ਡਸਟਬਿਨ ਬਣਾਇਆ ਗਿਆ ਕਬਾੜ ਰੱਖ ਕੇ ਡਸਟਬਿਨ ਬਣਾਇਆ ਗਿਆ ਸੋ ਗੱਡੀ ਨੂੰ ਅਤੇ ਸ਼ਰਮ ਆਉਣੀ ਚਾਹੀਦੀ ਹੈ ਇੱਧਰ ਇਹ ਕੰਪਨੀ ਵਾਲਿਆਂ ਨੂੰ ਇੱਕ ਬੰਦੇ ਨੇ ਜਦੋਂ ਕੋਈ ਗੱਡੀ ਲੈਂਦਾ ਹੈ ਆਪਣੇ ਪਰਿਵਾਰ ਲਈ ਤਾਂ ਉਹਦੇ ਉਮੀਦਾਂ ਹੁੰਦੀਆਂ ਕਿ ਇਸ ਗੱਡੀ ਲਈ ਉਹਦੀ ਸ਼ਾਨ ਵਧਾਏਗੀ ਪਰ ਜਿੱਦਾਂ ਅੱਜ ਇਹਨਾਂ ਨੇ ਗੱਡੀ ਨੂੰ ਡਸਟਬਿਨ ਬਣਾਇਆ ਵੀ ਇੱਕ ਆਪਣੇ ਆਪ 'ਚ ਇਹਨਾਂ ਵੱਲੋਂ ਇੱਕ ਨਵੀਂ ਤਰ੍ਹਾਂ ਦਾ ਸਟੰਟ ਕੀਤਾ ਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਤਾਂ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਵੇ ਕਿ ਜਿਹੜੇ ਕੰਪਨੀ ਵਾਲੇ ਇੱਦਾਂ ਗਲਤ ਕੰਮ ਕਰਦੇ ਆ ਅਤੇ ਉਹਨਾਂ ਨੂੰ ਕਿੱਦਾਂ ਕਿੱਦਾਂ ਜਗਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ 6 ਨੰਬਰ ਥਾਣੇ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੀ ਕੰਪਲੇਂਟ ਵੀ ਕੀਤੀ ਗਈ ਹੈ 6 ਨੰਬਰ ਥਾਣੇ ਦੇ ਵਿੱਚ ਤੋ ਉਹ ਜਿਹੜੇ ਉਹ ਵੀ ਦਾਦਾ ਮੋਟਰ ਵਾਲਿਆਂ ਨੇ ਕੀਤੀ ਹੈ ਇੱਕ ਤਾਂ ਗੱਡੀ ਖਰਾਬ ਆ ਉੱਤੋਂ ਦੀ ਜਿਹੜੀ ਕੀ ਆ 6 ਨੰਬਰ ਦੇ ਵਿੱਚ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਸੋ ਵਿਨੋਦ ਜੀ ਜੋ ਸਾਡੇ ਨਾਲ ਆ ਜਿਨ੍ਹਾਂ ਨੇ ਗੱਡੀ ਲਿੱਤੀ ਆ ਵਿਨੋਦ ਜੀ ਬੜੇ ਖੁਸ਼ ਨਜ਼ਰ ਆ ਰਹੇ ਹੋ ਵਧਾਈਆਂ ਪਹਿਲਾਂ ਨਵੀਂ ਗੱਡੀ ਦੀਆਂ ਬਹੁਤ ਬਹੁਤ ਸ਼ੁਕਰੀਆ ਭਾਜੀ ਨਵੀਂ ਗੱਡੀ ਦੀਆਂ ਨਹੀਂ ਨਵੇਂ ਡਸਟਬਿਨ ਦੀਆਂ ਵਧਾਈਆਂ ਦੇ ਨਵਾਂ ਡਸਟਬਿਨ ਦੇ ਮੇਰੇ ਪਾਸ ਤਾਂ ਹੈ ਨਾ 15 ਲੱਖ ਦਾ ਡਸਟਬਿਨ ਹਾਂਜੀ 15 ਲੱਖ ਦਾ ਡਸਟਬਿਨ ਲਿੱਤਾ ਜੀ ਮੈਂ 15 ਲੱਖ ਦਾ ਸੋ ਵਿਨੋਦ ਜੀ ਇਹ ਧੱਕਾ ਲੱਗਦਾ ਦਿਲ ਨੂੰ ਜਦੋਂ ਮਿਹਨਤ ਕਿਰਤ ਦੀ ਸਭ ਤੋਂ ਮਹਿੰਗਾ ਡਸਟਬਿਨ ਸਾਡੇ ਕੋਲ ਆ ਧੱਕਾ ਲੱਗਦਾ ਦਿਲ ਨੂੰ ਜਦੋਂ ਕਿਰਤ ਕਮਾਈ ਦੇ ਵਿੱਚੋਂ ਦੀ ਅਸੀਂ ਕੁਛ ਆਪਣੇ ਪਰਿਵਾਰ ਦੇ ਲਈ ਚੀਜ਼ ਲੈਂਦੇ ਹਾਂ ਬੜੇ ਔਖਾ ਹੁੰਦਾ ਆ ਕਿਉਂਕਿ ਕਿਸ਼ਤਾਂ ਦੇਣੀਆਂ ਵੀ ਬਹੁਤ ਔਖੀ ਹੁੰਦੀਆਂ ਇੱਕੋ ਦਮ ਸੀਜ਼ਨ ਬਰਾਬਰ ਨਹੀਂ ਦਿੰਦਾ ਵੈਸੇ ਹੀ ਲੋਕਡਾਊਨ ਤੋਂ ਬਾਅਦ ਤਾਂ ਕਾਫੀ ਸਥਿਤੀ ਖਰਾਬ ਆ ਅਤੇ ਫਿਰ ਵੀ ਐਡਾ ਵੱਡਾ ਧੱਕਾ ਲੱਗ ਗਿਆ ਉੱਤੋਂ ਕੰਪਨੀ ਵਾਲੇ ਵੀ ਪਰੇਸ਼ਾਨ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਗੱਡੀ ਦਾ ਬੜਾ ਸ਼ੌਂਕ ਸੀਗਾ ਮੈਂ ਅੱਜ ਤੱਕ ਗੱਡੀ ਮਰੂਤੀ ਦੀ ਯੂਜ਼ ਕਰਾ ਆ ਰਿਹਾ ਸੀਗਾ ਲੇਕਿਨ ਮੈਂ ਬਸ
ਉਹ ਜਿਸ ਦਿਨ ਦੀ ਮੈਂ ਗੱਡੀ ਲਿੱਤੀ ਹੈ ਨਾ ਗੱਡੀ ਉਸ ਦਿਨ ਦਾ ਹੀ ਮੈਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਮੇਰੇ ਲਈ ਤਾਂ ਜੀ ਹੁਣ ਇਹ ਡਸਟਬਿਨ ਹੀ ਬਣ ਚੁੱਕੀ ਹੈ ਕਿਉਂਕਿ ਮੇਰੇ ਘਰ ਵੀ ਇਸੇ ਗੱਲ ਪਿੱਛੇ ਕਲੇਸ਼ ਹੁੰਦਾ ਹੈ ਵੀ ਕੀ ਤੁਸੀਂ ਡੱਬਾ ਖਰੀਦ ਕੇ ਲੈ ਆਏ ਹੋ 20,000 ਰੁਪਏ ਦੀ ਮਹੀਨੇ ਦੀ ਇੰਸਟਾਲਮੈਂਟ ਮਿੰਦਰਾ ਦੀ ਗੱਡੀ ਕੀ ਸੋਚ ਕੇ ਲਿੱਤੀ ਸੀ ਸਰ ਮੈਂ ਤਾਂ ਸਿਰਫ ਨਾਮ ਸੁਣ ਕੇ ਲਿੱਤੀ ਸੀ ਮੇਡ ਇਨ ਇੰਡੀਆ ਵੀ ਆਪਾਂ ਹਿੰਦੁਸਤਾਨੀ ਆ ਆਪਾਂ ਹਿੰਦੁਸਤਾਨ ਦੀ ਗੱਡੀ ਲਈ ਹੈ ਲੇਕਿਨ ਇਹ ਤਾਂ ਸਰ ਮੈਂ ਕਹਿੰਦਾ ਕਬਾੜ ਹੀ ਹੈ ਬਿਲਕੁਲ ਯਾਨੀ ਕਿ ਇੱਕ ਧੋਖਾ ਹੋ ਗਿਆ ਬੇਸ਼ੱਕ ਹਿੰਦੁਸਤਾਨ ਮੋਦੀ ਸਾਹਿਬ ਵੱਡੀਆਂ ਗੱਲਾਂ ਕਰਦੇ ਨੇ ਮੇਕ ਇਨ ਇੰਡੀਆ ਦੀਆਂ ਪਰ ਕੰਪਨੀ ਦੇ ਵੀ ਕੋਈ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਕੋਈ ਇਹਨਾਂ ਦੇ ਹੋਣੇ ਚਾਹੀਦੇ ਆ ਕਿਸੇ ਬੰਦੇ ਨੇ 15 ਲੱਖ ਰੁਪਏ ਲਾਇਆ ਮਾੜੀ ਮੋਟੀ ਗੱਲ ਨਹੀਂ 15 ਲੱਖ ਮੂੰਹ ਖੁੱਲ ਜਾਂਦਾ ਪੂਰਾ 7 ਸਾਲ ਦਾ ਸਰ ਕੇਸ 20,000 ਰੁਪਏ ਦੀ ਇੰਸਟਾਲਮੈਂਟ 7 ਸਾਲ ਅਸੀਂ ਕਿਸ਼ਤਾਂ ਦੇਣੀਆਂ ਸਾਨੂੰ ਪਤਾ ਸੀ ਕਿੱਦਾਂ ਦੇਣੀਆਂ ਨੇ ਜੇ ਗੱਡੀ ਦਾ ਇੰਜਨ ਹੀ ਖੁੱਲਿਆ ਹੋਇਆ ਹਾਫ ਇੰਜਨ ਖੁੱਲ੍ਹ ਗਿਆ ਇਹਨਾਂ ਦਾ ਵਾਲ ਪੈ ਗਏ ਉਸ ਤੋਂ ਬਾਅਦ ਅਸੀਂ ਕਿੱਦਾਂ ਇਸ ਗੱਡੀ ਦੇ ਉੱਤੇ ਯਕੀਨ ਕਰਕੇ ਇਹਨੂੰ ਬਾਹਰ ਲੈ ਕੇ ਜਾਵਾਂਗੇ ਅਸੀਂ ਰੇਤੀ ਖੜੀ ਕਰ ਸਕਦੇ ਹਾਂ ਫਿਰ ਇਹਨੂੰ ਅਸੀਂ ਡਸਟਬਿਨ ਬਣਾ ਦਾ ਆਪਣਾ ਵਿਚਾਰ ਰੱਖਿਆ ਸੀਗਾ ਚਲੋ ਤੂੰ ਡਸਟਬਿਨ ਬਣਾ ਦਿੰਦੇ ਆ ਫਿਰ ਚਲੋ ਕਮ ਸੇ ਕਮ ਗਿਨੀਜ਼ ਬੁੱਕ ਆਫ ਵਰਲਡ 'ਚ ਸਾਡੇ ਭਰਾ ਦਾ ਨਾਮ ਆਏਗਾ ਵੀ 15 ਲੱਖ ਦਾ ਡਸਟਬਿਨ ਰੱਖਣ ਦਾ ਦਮ ਰੱਖਿਆ ਨਾ ਅੰਬਾਨੀ ਨੇ ਰੱਖਿਆ ਨਾ ਅਡਾਨੀ ਨੇ ਰੱਖਿਆ ਉਸ ਚੀਜ਼ ਦਾ ਚਲੋ ਜਦੋਂ ਕੋਈ ਗੱਡੀ ਜਦੋਂ ਕੋਈ ਆਪਾਂ ਚੀਜ਼ ਲੈਂਦੇ ਹਾਂ ਬੇਸ਼ੱਕ ਬਾਅਦ 'ਚੋਂ ਆ ਕੇ ਕੁਛ ਵੀ ਹੋ ਜਾਵੇ ਅਤੇ ਉਹ ਬੰਦਾ ਜਾਣ ਲੈਂਦਾ ਪਰ ਜਦੋਂ ਨਵੀਂ ਚੀਜ਼ ਹੁੰਦੀ ਹੈ ਪਹਿਲਾਂ ਕਿ ਬੜੇ ਚਾਅ ਹੁੰਦੇ ਉਹਨਾਂ ਨਾਲ ਬੜੀਆਂ ਉਮੀਦਾਂ ਹੁੰਦੀਆਂ ਕੰਪਨੀ ਵੱਲੋਂ ਵੀ ਭਰੋਸਾ ਦਵਾਇਆ ਜਾਂਦਾ ਇੰਨੇ ਸਾਲ ਦੀਆਂ ਗਰੰਟੀਆਂ ਫਿਰ ਹੁਣ ਕੰਪਨੀ ਕੀ ਕਹਿ ਰਹੀ ਹੈ ਤੁਹਾਨੂੰ ਕੰਪਨੀ ਦਾ ਕਿੱਦਾਂ ਦਾ ਰਵੱਈਆ ਤੁਹਾਡੇ ਪ੍ਰਤੀ ਸਰ ਕੰਪਨੀ ਜਦ ਗੱਡੀ ਦਿੰਦੀ ਹੈ ਪਹਿਲਾਂ ਤਾਂ ਉਹ ਫਾਸਟੈਗ ਵਗੈਰਾ ਨੰਬਰ ਪਲੇਟਾਂ ਬਿਲਿੰਗ ਸਭ ਦਿੰਦੀ ਹੈ ਅੱਜ ਤੱਕ ਮੈਨੂੰ ਇਹਨਾਂ ਦੇ ਬਿੱਲ ਤੱਕ ਨਹੀਂ ਮਿਲੇ ਹੈਗੇ ਵਿਦਆਊਟ ਨੰਬਰ ਪਲੇਟ ਵਿਦਆਊਟ ਫਾਸਟੈਗ ਮੈਂ ਗੱਡੀ ਲੈ ਕੇ ਗਿਆ ਅਪਲਾਈਡ ਫੋਰ ਦਾ ਸਟicker ਲਗਾ ਕੇ ਗੱਡੀ ਅਸੀਂ ਲੈ ਕੇ ਗਏ ਫਾਸਟੈਗ ਦੇ ਪੈਸੇ ਅਸੀਂ ਦਿੱਤੇ ਹੋਏ ਇਹਨਾਂ ਨੂੰ 800 ਰੁਪਇਆ ਫਾਈਲ ਦੇ ਵਿੱਚ ਲੱਗਾ ਹੋਇਆ ਫਾਸਟੈਗ ਦਾ ਲੱਗਾ ਹੋਇਆ ਅਸੀਂ ਜਾ ਕੇ ਉੱਤੇ ਫਿਰ ਨਵਾਂ ਫਾਸਟੈਗ ਆਪਣੇ ਕੋਲੋਂ ਲਵਾਇਆ ਜਦੋਂ ਮੈਂ GM ਨੂੰ ਗਿਆ ਮੈਂ ਕਿਹਾ ਤੁਸੀਂ ਫਾਸਟੈਗ ਸਾਨੂੰ ਤੁਸੀਂ ਦਿੱਤਾ ਨਹੀਂ ਅਸੀਂ ਸਾਨੂੰ ਬਾਹਰੋਂ ਲੈਣਾ ਪਿਆ ਕਹਿੰਦਾ ਯਾਰ ਜੇ ਤੁਸੀਂ 15 ਲੱਖ ਦੀ ਗੱਡੀ ਲੈ ਸਕਦੇ ਹੋ ਤਾਂ ਛੋਟੀ ਛੋਟੀਆਂ ਕੀ ਗੱਲਾਂ ਕਰਦੇ ਬਦੋ ਜੇ ਅਸੀਂ ਆਪਣਾ 800 ਰੁਪਏ ਦੀ ਕੋਈ ਵੈਲਿਊ ਹੈ ਨਹੀਂ ਗੀ ਜੇ ਅਸੀਂ ਉਹਦੇ ਬਾਰੇ ਕਿਹਾ ਤਾਂ ਸਾਨੂੰ ਕੋਈ ਜਵਾਬ ਕੀ ਦੇ ਰਿਹਾ GM ਵੀ 15 ਲੱਖ ਦੀ ਗੱਡੀ ਲੈ ਰਹੇ ਹੋ ਤੇ 800 ਰੁਪਏ ਤਾਂ ਤੁਸੀਂ ਫਾਸਟੈਗ ਨਹੀਂ ਬਾਹਰੋਂ ਲਵਾ ਸਕਦੇ ਸੀ 15 ਲੱਖ ਦੀ ਅਸੀਂ ਗੱਡੀ ਲੈ ਸਕਦੇ ਆ ਤੇ ਉਹੀ ਟੈਕਸ ਤੋਂ GM ਨੂੰ ਤਨਖਾਹ ਵੀ ਜਾਂਦੀ ਹੈ ਹਾਂਜੀ ਜਾਂਦੀ ਹੈ ਜੀ ਜ਼ਰੂਰ ਜਾਂਦੀ ਹੈ ਜੀ ਅਸੀਂ ਉਹੀ ਕਿਹਾ ਉਹਨਾਂ ਨੂੰ ਵੀ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਗੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਕੀ ਆ ਜਿੱਥੇ ਖੁਸ਼ੀਆਂ ਮਨਾਈਆਂ ਜਾਣੀਆਂ ਪਰ ਅੱਜ ਜਿਹੜੀਆਂ ਖੁਸ਼ੀਆਂ ਕਿਸ ਤਰ੍ਹਾਂ ਜ਼ਾਹਰ ਕਰਦੇ ਪਏ ਨੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ 15 ਲੱਖ ਮਾੜੀ ਮੋਟੀ ਰਕਮ ਨਹੀਂ ਹੁੰਦੀ ਵੱਡੇ ਦਾਅਵੇ ਕਰਦੀਆਂ ਨੇ ਕੰਪਨੀਆਂ ਵੱਡੇ ਦਾਅਵੇ ਕਰਦੇ ਨੇ ਲੋਕ ਜਾਂ ਮੰਤਰੀ ਸਾਡੇ ਮੇਕ ਇਨ ਇੰਡੀਆ ਲੈਣ ਨੂੰ ਪਰ ਮੇਕ ਇਨ ਇੰਡੀਆ ਦੇ ਵਿੱਚ ਅੱਜ ਡਸਟਬਿਨ ਦਾ ਰੂਪ ਤੁਹਾਨੂੰ ਦਿਖਾ ਦਈਏ ਡਸਟਬਿਨ ਬਣਾਇਆ ਗਿਆ ਹੈ 15 ਲੱਖ ਦੇ ਡਸਟਬਿਨ ਨੂੰ ਜਿਹੜੇ ਕਿ ਸਾਡੇ ਇੱਥੇ ਭਾਈ ਸਾਹਿਬ ਖੜੇ ਨੇ ਅਤੇ ਧੱਕਾ ਲਾ ਕੇ ਗੱਡੀ ਨੂੰ ਜਿਹੜਾ ਕਿ ਦਾਦਾ ਜਿਹੜਾ ਕੀ ਹੈ ਮੋਟਰ ਲੈ ਕੇ ਜਾਇਆ ਜਾ ਰਿਹਾ ਮਹਿੰਦਰਾ ਦੀ ਇਹ ਗੱਡੀ ਜਿਹੜਾ ਕਿ ਸਪੋਰਟਸ ਮਾਡਲ ਦਾ ਲੋਗੋ ਆ ਪਰ ਮੋਹਰੇ ਪੁਰਾਣੇ ਮਾਡਲ ਦਾ ਲੋਗੋ ਆ ਸੋ 2-in-1 ਸਕੀਮ ਸੀਗੀ ਕੰਪਨੀ ਦੀ ਸੋ ਵੱਡੀ ਗੱਲ ਆ ਕਿ ਉਹ ਨੱਚ ਟੱਪ ਕੇ ਪੂਰਾ ਮਾਹੌਲ ਬਣਾ ਕੇ ਜਿਹੜਾ ਕੰਪਨੀ ਦਾਦਾ ਮੋਟਰ ਲੈ ਕੇ ਜਾਈ ਜਾ ਰਹੀ ਆ ਡਸਟਬਿਨ ਬਣਾ ਕੇ ਭੰਗੜੇ ਪਾ ਰਹੇ ਨੇ ਉਹ ਦਾਦਾ ਮੋਟਰ ਦੇ ਬਾਹਰ ਖੜ੍ਹੇ ਆ ਨੱਚ ਰਹੇ ਟੱਪ ਦੇ ਇੱਥੇ ਪਹੁੰਚ ਗਏ ਲੋਕੀ ਵੀ ਜਾਣਕਾਰੀ ਲੈ ਰਹੇ ਉਹਨਾਂ ਤੋਂ ਸੋ ਲੋਕੀ ਜਾਣਕਾਰੀ ਲੈ ਰਹੇ ਆ ਵੀ ਕਿਉਂ ਬਾਈ ਜੀ ਡਸਟਬਿਨ ਲੈ ਕੇ ਇੱਥੇ ਪਹੁੰਚੇ ਹੋ ਸੋ ਕੀ ਕਹਿਣਾ ਚਾਹੋਗੇ ਬਾਈ ਜੀ ਮਹਿੰਦਰਾ ਪਹੁੰਚ ਗਏ ਹੋ ਦਾਦਾ ਮੋਟਰ ਭਾਜੀ ਅਸੀਂ ਮਹਿੰਦਰਾ ਵਾਲੇ ਦੇ ਬਾਹਰ ਪਹੁੰਚ ਗਏ ਹਾਂ ਅਸੀਂ ਆਪਣੀ ਰੈਲੀ ਕੱਢ ਕੇ ਇਹਨਾਂ ਦੇ ਬਾਹਰ ਤੱਕ ਲਿਆਏ ਹਾਂ ਤਾਂ ਕਿ ਇਹਨਾਂ ਦੇ ਕੰਨ 'ਚ ਕੋਈ ਵੀ ਜੂੰ ਸਰਕ ਜਾਵੇ ਮੈਨੂੰ ਲੱਗਦਾ ਨਹੀਂ ਪਿਆ ਹਜੇ ਵੀ ਇਹਨਾਂ ਨੂੰ ਕੋਈ ਵੀ ਫਰਕ ਪੈ ਰਿਹਾ ਅਗਲੇ ਆਪਣੇ ਮਜ਼ੇ 'ਚ ਬੈਠੇ ਹੋਏ ਆ ਅਸੀਂ ਇਹ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਮਹਿੰਦਰਾ ਦੀ ਗੱਡੀ ਲੈਣ ਨਾਲੋਂ ਚੰਗਾ 3-wheeler ਲੈ ਲਓ ਤੁਹਾਡੀ ਆਪਣੀ ਕਮਾਈ ਦਾ ਸਾਧਨ ਬਣ ਜੂਗਾ ਸਾਰੀ ਜ਼ਿੰਦਗੀ ਸੁਖੀ ਰਹੋਗੇ ਇਹਦੇ ਨਾਲੋਂ ਬਹੁਤ ਵਧੀਆ ਰਹੋਗੇ ਮਹਿੰਦਰਾ ਦੀ ਗੱਡੀ ਨਾ ਲਓ ਬਿਲਕੁਲ ਨਾ ਲਓ ਰੋਲਾ ਪਾਪਾ ਕੇ ਦੱਸ ਰਹੇ ਹੋ ਭਾਜੀ ਦਿਲ 'ਚ ਕਿੰਨਾ ਕੁ ਗੁਬਾਰ ਆ ਭਾਜੀ ਗੁਬਾਰ ਹੈ ਇੱਕ ਇੱਕ ਪਾਈ ਜੋੜਨ ਲੱਗਿਆ ਭਾਜੀ ਇਹਨਾਂ ਨੂੰ ਤਾਂ ਬੈਠੇ ਬਿਠਾਏ ਰਿਆਸਤ ਮਿਲੀ ਆ ਇੱਕ ਇੱਕ ਪਾਈ ਜੋੜਨ ਲੱਗਿਆ ਬਾਹਰ ਦਾ ਆ ਕੇ ਦੇਖੋ ਕਿੰਨੀ ਗਰੀਬੀ ਚਾਹੀਦੀ ਹੈ ਕਿੰਨੇ ਲੋਕਾਂ ਨੂੰ ਕਿਸ਼ਤਾਂ ਦੇਣੀਆਂ 20,000 ਰੁਪਏ ਦੀ ਕਿਸ਼ਤ ਬਣੀ ਹੈ ਸਾਡੀ 20,000 ਰੁਪਏ ਦੀ ਕਿਸ਼ਤ ਅਸੀਂ 7 ਸਾਲ ਦੇਣੀਆਂ ਨੇ ਅਸੀਂ ਕਿੱਦਾਂ ਦਵਾਂਗੇ ਜੇ ਗੱਡੀ ਦਾ ਇੰਜਨ ਹੀ ਡੈਮੇਜ ਹੈਗਾ ਖਰਾਬ ਹੈਗਾ ਸਰ ਜਿਹੜੇ ਫੁੱਲਾਂ ਦੇ ਹਾਰ ਹੁਣ ਕਿੰਨਾਂ ਦੇ ਗਲਾਂ 'ਚ ਪੈਣੇ ਆ ਅਸੀਂ GM ਦੇ ਪਾਵਾਂਗੇ ਜੀ ਹਾਂਜੀ ਜਿਹਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਦੇ ਵੀ ਹਾਰ ਪਾਵਾਂਗੇ ਵੀ ਤੁਸੀਂ ਸਾਨੂੰ 15 ਲੱਖ ਦਾ ਡਸਟਬਿਨ ਤੇ ਦਿੱਤਾ ਅਸੀਂ ਆਪਣਾ ਨਾਮ ਵਿਨੋਦ ਸੱਭਰਵਾਲ ਜੀ ਦਾ ਨਾਮ ਗਿਨੀਜ਼ ਬੁੱਕ ਆਫ ਇੰਡੀਆ 'ਚ ਭੇਜਾਂਗੇ ਸੋ ਇੱਕ ਜਿਹੜੀ ਕੰਪਨੀ ਹੁੰਦੀ ਆ ਆਪਣੇ ਜਿਹੜੇ ਓਨਰ ਜਿਹੜੇ ਗਾਹਕ ਹੁੰਦੇ ਆ ਉਹਨਾਂ ਲਈ ਬਹੁਤ ਖਾਸ ਧਿਆਨ ਰੱਖਦੀ ਆ ਪਰ ਜਦੋਂ ਇੱਥੇ ਆਉਣਾ ਹੁੰਦਾ ਆ ਸੋ ਅੰਦਰ ਵੀ ਲੈ ਕੇ ਚੱਲਾਂਗੇ ਇੱਥੋਂ ਵੀ ਜ਼ੂਮ ਕਰਕੇ ਦਿਖਾ ਦਿੰਦੇ ਹਾਂ ਜਦੋਂ ਆਉਣਾ ਹੁੰਦਾ ਉਸ ਲਈ ਚਾਹ ਦੇ ਕੱਪ ਕੌਫੀ ਦੇ ਕੱਪ ਮਿਠਿਆਈਆਂ ਹਰ ਇੱਕ ਚੀਜ਼ ਲੋਕਾਂ ਦੇ ਮੂੰਹ 'ਚ ਪਾਉਂਦੇ ਨੇ ਪਰ ਜਿਹੜੀ ਇਹ ਜਦੋਂ ਗੱਡੀ ਵਿਕ ਜਾਂਦੀ ਆ ਫਿਰ ਸ਼ਾਇਦ ਉਹਦੀ ਕੋਈ ਸੁਣਵਾਈ ਤੱਕ ਨਹੀਂ ਹੁੰਦੀ ਸੋ ਡਸਟਬਿਨ ਲੈ ਕੇ ਅਸੀਂ ਨਹੀਂ ਕਹਿੰਦੇ ਇਹ ਕਹਿ ਰਹੇ ਨੇ ਵੀ ਮਹਿੰਦਰਾ ਦੀ ਗੱਡੀ ਡਸਟਬਿਨ ਹੈ ਇਹ ਡਸਟਬਿਨ
दसवंध विचों कढ कढ के अपने परिवार के दसवंध विचों कढ कढ के गड्डी लिती जांदी है, पर जो इदा दियां ना सुख सुविधा विच आंदे ही खलल पै जांदा है तां बड़ी दिल ते माड़ी बीतती है। सो यही इदा लैके विनोद कुमार इत्थे पहुंचे ने महिंद्रा दे जिहड़ा की है दादा मोटर शोरूम के उत्ते। मेरी आम लोगों नूं सारयां नूं यही रिक्वेस्ट है, गलती नाल भी कभी महिंद्रा की गड्डी ना लो, तुसीं होर जिहड़ी मर्जी गड्डी लो। इन्नी वधिया वधिया गड्डियां मार्केट विच आईयां होईयां, हुंडई दी आईयां होईयां, मारुति दी गड्डियां ने, इन्हां दी गड्डी तां बिल्कुल बेकार है, बिल्कुल कबाड़ है, डस्टबिन है, पहले दिन तो नहीं चलती भी हैगी, थक करके मैनूं अज डस्टबिन बनाना पिया। सो चलते अंदर देखते हैं अंदर का की माहौल है। दादा मोटर जिहड़ा की मतलब जब तक सीनियर अवेलेबल नहीं होगा ना साडी ड्यूटी बनती जो सानू ऑर्डर है। कैमरे नु हाथ ना लाओ, तुसी गल करो भाई जी, कैमरे नु हाथ नाल गल करो, तुसी असी तुहाडे नाल असी तुहाडा प्रेम प्यार कर रहे, तुसी गुंडा व्यार नहीं करना। ਤੁਸੀਂ ਜ਼ਬਰਦਸਤੀ ਵੀਡੀਓ ਨਹੀਂ ਬਣਾ ਸਕਦੇ ਜੀ ਭਾਜੀ, ਅਸੀਂ ਜ਼ਬਰਦਸਤੀ ਦਾ ਬਣਾਈ ਨਹੀਂ ਰਹੇ। ਇੱਕ ਬੰਦੇ ਨੇ 15 ਲੱਖ ਲਾਇਆ, ਉਹਦੀ ਅਸੀਂ ਉਹਦੀ ਸਫਰਿਆਦ ਤੁਹਾਡੇ ਕੋਲ ਸੁਣਨ ਆਇਆ ਕਿ ਕਹਿਣਾ। ਅਸੀਂ ਅਸੀਂ ਤੁਹਾਨੂੰ ਇਸ ਤਰ੍ਹਾਂ ਕੋਈ ਬੈਠ ਨਹੀਂ ਦਵਾਂਗੇ ਜੀ। ਜੀ ਕਿੱਦਾਂ ਦੋਗੇ? ਅਸੀਂ ਸਬ ਮੈਟਰ ਜਿਹੜਾ ਹੈਗਾ ਸਬ ਜੁਡਿਸ ਹੈਗਾ ਜੀ, ਪੁਲਿਸ ਆ ਰਹੀ ਹੈ, ਅਸੀਂ ਉਹਨਾਂ ਨਾਲ ਡਿਸਕਸ ਕਰਾਂਗੇ, ਥਾਣੇ ਜਾ ਕੇ ਗੱਲ ਹੋਏਗੀ ਜੀ। ਤੋ ਤੁਹਾਡੇ ਕਸਟਮਰ ਤੇ ਤੁਸੀਂ ਪੁਲਿਸ ਬੁਲਾ ਰਹੇ ਹੋ? ਨਹੀਂ 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 ਤੁਹਾਡੇ ਕਸਟਮਰ ਤੇ ਪੁਲਿਸ ਨਹੀਂ ਹੈਗੇ ਜੀ। ਉਹ ਨਹੀਂ ਨਹੀਂ ਸੋਨ ਕੋਈ ਕਸਟਮਰ ਨਹੀਂ ਹੈਗੇ, 15 ਲੱਖ ਕਹੋ ਜਦੋਂ 15 ਲੱਖ ਨਹੀਂ ਨਹੀਂ ਤੁਸੀਂ ਆਪਣੇ ਕਸਟਮਰ ਤੇ ਪੁਲਿਸ ਬੁਲਾ ਰਹੇ ਹੋ? ਇਹ ਦਾਦਾ ਮੋਟਰ ਵਾਲੇ? ਨਹੀਂ 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 ਸੋਰੀ ਮੈਂ ਨਹੀਂ ਬੈਠਦੇ। ਤੁਸੀਂ ਆਪ ਹੀ ਕਿਆ ਪੁਲਿਸ ਬੁਲਾ ਰਹੇ ਹੋ ਬਾਈ ਜੀ? ਬਾਈ ਜੀ ਕਸਟਮਰ ਤੇ ਪੁਲਿਸ ਬੁਲਾ ਰਹੇ ਹੋ? ਮੈਟਰ ਮੈਂ ਨਹੀਂ ਬੈਠਦੇ। ਕਸਟਮਰ ਤੇ ਪੁਲਿਸ ਬੁਲਾ ਰਹੇ ਹੋ? ਨਹੀਂ 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 ਕਸਟਮਰ ਤੇ ਪੁਲਿਸ ਬੁਲਾ ਰਹੇ ਹੋ? ਆਓ ਜੀ ਇੱਧਰ ਆਓ ਕਸਟਮਰ ਸਰ, ਇਹੀ ਕਸਟਮਰ ਅੰਦਰ, ਤੁਸੀਂ ਇਹਨੂੰ ਅੰਦਰ ਬੈਠੇ ਹੋਏ ਨੇ ਤੁਹਾਡੇ ਲੋਕ, ਇਹਨਾਂ ਨੂੰ ਪੁੱਛ ਕੇ ਬੁਲਾਉਂਦੇ ਹੋ, ਇਹਨਾਂ ਨੂੰ ਅੱਜ ਪੁਲਿਸ ਬੁਲਾ ਰਹੇ ਹੋ ਇਹਨਾਂ ਦੀ? ਮੈਟਰ ਆਲਰੇਡੀ? ਨਹੀਂ 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 ਸੋਰੀ, ਇਸ ਤਰ੍ਹਾਂ ਨਹੀਂ ਹੋਏਗਾ। ਕਿੱਦਾਂ ਹੋਏਗਾ ਜੀ? ਕਿੱਦਾਂ ਹੋਏਗਾ ਦੱਸ ਦਿਓ ਮਹਾਰਾਜ। ਦੇਖੋ ਉਹ ਚਾਹ ਕਾਫੀ ਬੁਲਾ ਰਹੇ ਹੋ, ਅੱਜ ਪੁਲਿਸ ਬੁਲਾ ਰਹੇ ਹੋ? ਦੇਖੋ ਤੁਸੀਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ, ਸਰੇ ਆਮ ਕਹਿ ਰਹੇ ਪੁਲਿਸ ਬੁਲਾ ਰਹੇ ਹੋ, ਪੁਲਿਸ ਦੀ ਧਮਕੀ ਦਿੱਤੀ ਜਾ ਰਹੀ ਕਿ ਪੁਲਿਸ ਆ ਰਹੀ ਹੈ। ਦੇਖੋ ਮੈਂ ਹੱਥ ਜੋੜ ਕੇ ਪਹਿਲਾਂ ਇਹਨਾਂ ਕੋਲ ਆਇਆ ਵਾਂ, ਕੋਈ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਹੈਗੀ, ਤਾਂ ਥੱਕ ਕਰਕੇ ਮੈਨੂੰ ਐਕਸ਼ਨ ਲੈਣਾ ਪਿਆ, ਮੈਨੂੰ ਮੀਡੀਆ ਸਾਰ ਲੈਣਾ ਪਿਆ, ਅਤੇ ਅੱਜ ਮੇਰੇ 'ਤੇ ਸਵੇਰੇ ਪਰਚਾ ਦਿੱਤਾ ਗਿਆ ਜੀ, ਮੇਰੀ ਕੰਪਲੇਂਟ ਕੀਤੀ ਗਈ ਹੈ। ਦੱਸੋ ਮੇਰਾ ਕੀ ਕਸੂਰ ਹੈ ਕਿ ਮੈਨੂੰ ਆਪਣਾ ਅਧਿਕਾਰ ਨਹੀਂ ਹੈਗਾ ਆਪਣੀ ਗੱਡੀ ਠੀਕ ਕਰਵਾਉਣ ਦਾ, ਕਿ ਮੈਂ ਗੁਨਾਹਗਾਰ ਹੋ ਗਿਆ ਗੱਡੀ ਖਰੀਦ ਕੇ ਇਹਨਾਂ ਕੋਲੋਂ? ਮੀਡੀਆ ਨੂੰ ਵੀ ਰੋਕਿਆ ਜਾ ਰਿਹਾ, ਅਸੀਂ ਕਿਹੜਾ ਵੈਪਨ ਲੈ ਕੇ ਆਏ, ਸਾਡੇ ਕੋਲ ਤਾਂ ਮਾਈਕ ਹੀ ਹੈ ਜੀ। ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਦੱਸੋ ਮੇਰੇ ਕੋਲ ਰਾਈਟਸ ਨਹੀਂ ਹੈਗਾ ਆਪਣੀ ਗੱਡੀ ਦਾ ਪੁੱਛਣ ਦਾ, ਵੀ ਮੇਰੀ ਗੱਡੀ ਖਰਾਬ ਕਿਉਂ ਹੈ, ਜੇ ਮੈਂ ਪੁੱਛਣ ਆਇਆ ਤੇ ਹੁਣ ਮੈਨੂੰ ਵੀ ਅੰਦਰ ਜਾਣ ਦਾ ਰੋਕਿਆ ਜਾ ਰਿਹਾ? ਬਦਮਾਸ਼ੀ ਵੀ ਦਿਖਾ ਦਿੰਦੇ ਆ, ਅੰਦਰ ਹੋਰ ਵੀ ਕਸਟਮਰ ਬੈਠੇ ਨੇ, ਉਹਨਾਂ ਨੂੰ ਵੀ ਚਾਹ ਪਾਣੀ ਪਿਲਾਇਆ ਜਾ ਰਿਹਾ ਆ। ਪਰ ਜਿਹੜੇ ਕਸਟਮਰ ਨੂੰ ਅਸੀਂ ਇੱਕ ਵਾਰ ਚੀਜ਼ ਦੇ ਦਿੱਤੀ ਆ, ਅਤੇ ਉਹਨੂੰ ਵੀ ਅਸੀਂ ਹੁਣ ਇੱਥੇ ਪੁਲਿਸ ਬੁਲਾਈ ਜਾ ਰਹੀ, ਉਹਦੇ ਲਈ ਵੀ ਇੱਕ ਮੰਦਭਾਗੀ ਕਰਨਾ ਆ, ਕਿਉਂਕਿ ਜਿਹੜੀਆਂ ਇੱਦਾਂ ਦੀਆਂ ਕੰਪਨੀਆਂ ਹੁੰਦੀਆਂ ਆਪਣੇ ਕਸਟਮਰ ਸਿਰ ਦੇ ਉੱਤੇ ਹੁੰਦੀਆਂ, ਰਿਵਿਊ ਲਿੱਤੇ ਜਾਂਦੇ ਨੇ, ਰਿਵਿਊ ਹੁੰਦੇ ਇਹਨਾਂ ਦੇ ਵੀ ਸਾਡੀ ਕੰਪਨੀ ਤੋਂ ਤੁਸੀਂ ਕਿੰਨੇ ਕੁ ਖੁਸ਼ ਹੋ। ਪਰ ਆ ਜਿਹੜੇ ਕਿ ਇੱਥੇ ਲੋਕ ਅੱਜ ਰਿਵਿਊ ਲੈਣ ਦੀ ਬਜਾਏ ਕਹਿ ਰਹੇ ਆ ਪ੍ਰਸ਼ਾਸਨ ਨੂੰ ਬੁਲਾਇਆ ਜਾ ਰਿਹਾ, ਲੋਕ ਇੱਥੇ ਬਾਹਰੋਂ ਵੀ ਗੱਡੀਆਂ ਲੈਣ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਦੱਸ ਦਈਏ ਕਿ ਜਿੱਦਾਂ ਹੀ ਮੀਡੀਆ ਇੱਥੇ ਆਉਂਦੀ ਆ, ਸਾਡਾ ਅਸੀਂ ਕੋਈ ਟੈਰਿਸਟ ਨਹੀਂ ਹੈਗੇ, ਅਸੀਂ ਕੋਈ ਕਿਸੇ ਦਾ ਤੋੜ ਭੰਨ ਨਹੀਂ ਕਰਨ ਆਏ, ਅਸੀਂ ਤਾਂ ਸਿਰਫ ਐਜ਼ ਉਹਨਾਂ ਦੀ ਗੱਲ ਸੁਣਾਉਣ ਆਏ ਆ, ਜਨਤਕ ਕਰਨ ਆਏ ਆ, ਲੋਕਾਂ ਤੱਕ ਲੈ ਕੇ ਆਏ, ਤਾਂ ਕਿ ਲੋਕ ਆ ਕੇ ਜਿਹੜਾ ਕਿ ਇੱਥੇ ਆਪਣੇ ਦਿਲ ਦੀ ਗੱਲ ਦੱਸ ਸਕਣ, ਕਿਉਂਕਿ ਜਿਹਨੂੰ ਪਰੇਸ਼ਾਨੀ ਆ ਉਹ ਤਾਂ ਚੀਕੇਗਾ ਹੀ। ਸਰ ਕਿੱਦਾਂ ਦੇਖਦੇ ਹੋ, ਇਹ ਕਹਿ ਰਹੇ ਨੇ ਵੀ ਪ੍ਰਸ਼ਾਸਨ ਬੁਲਾਇਆ ਜਾ ਰਿਹਾ ਇੱਥੇ? ਸਰ ਗੁੰਡਾਗਰਦੀ ਕੀਤੀ ਜਾ ਰਹੀ ਸੀ ਸਾਡੇ ਨਾਲ, ਆਮ ਬੰਦੇ ਨਾਲ, ਬਿਜ਼ਨਸਮੈਨ ਬੰਦੇ ਨਾਲ, ਆਮ ਬੰਦੇ ਨਾਲ। ਅਸੀਂ ਟੈਕਸ ਪੇਡ ਬੰਦੇ ਹਾਂ, ਕੋਈ ਅਸੀਂ ਆਮ ਨਹੀਂ ਬੰਦੇ ਹੈਗੇ, ਟੈਰਿਸਟ ਨਹੀਂ ਹੈਗੇ ਜਿਹੜੇ ਸਾਡੇ ਲਈ ਪੁਲਿਸ ਬੁਲਾਈ ਜਾ ਰਹੀ ਹੈ। ਸਾਨੂੰ ਦੱਸਣ ਦੇ ਸੀ ਅਸੀਂ ਕੋਈ ਤੋੜ ਭੰਨ ਕੀਤੀ, ਅਸੀਂ ਕੀ ਕੀਤਾ ਵੈ? ਜਦੋਂ ਅਸੀਂ ਗੱਡੀ ਲੈਣੀ ਸੀ ਅਸੀਂ 15 ਲੱਖ ਦੇਣਾ ਸੀ, ਉਦੋਂ ਤਾਂ ਸਾਨੂੰ ਕੌਫੀਆਂ ਬੁਲਾਈਆਂ ਜਾ ਰਹੀਆਂ ਸੀਗੀਆਂ। ਜਦੋਂ ਸਾਨੂੰ ਉਹਨਾਂ ਨੇ ਠੱਗਣਾ ਸੀਗਾ, ਪੁਰਾਣੀ ਗੱਡੀ ਨੂੰ ਸਾਨੂੰ ਨਵੀਂ ਬਣਾ ਕੇ ਚੇਪ, ਤਾਂ ਉਦੋਂ ਤਾਂ ਸਾਨੂੰ ਠੱਗਣ ਲਈ ਇਹਨਾਂ ਨੇ ਕੌਫੀਆਂ ਬੁਲਾਈਆਂ, ਵਾਰ ਵਾਰ ਸਾਨੂੰ ਬੁਲਾਉਂਦੇ ਸੀਗੇ, ਅੱਜ ਸਾਡੇ ਲਈ ਪੁਲਿਸ ਬੁਲਾ ਰਹੇ ਨੇ। ਅਸੀਂ ਕੀ ਜੁਰਮ ਕੀ ਕੀਤਾ? ਸਾਨੂੰ ਦੱਸਣ ਦੇ ਸੀ ਅਸੀਂ ਟੈਰਿਸਟ ਆ ਜਿਹਦੀ ਸਾਡੇ ਲਈ ਜਾਂ ਅਸੀਂ ਚੋਰ ਆ, ਚੋਰੀਆਂ ਆਪ ਕੀਤੀਆਂ ਦੂਸਰੇ ਦੇ ਉੱਤਰ, ਸਾਡੇ ਉੱਤੇ ਪੁਲਿਸ ਬੁਲਾ ਰਹੇ ਨੇ, ਕਿਸ ਵੇ ਉੱਤੇ ਪੁਲਿਸ ਬੁਲਾ ਰਹੇ ਨੇ? ਬੁਲਾਉਣ ਅਸੀਂ ਵੀ ਚਾਹੁੰਦੇ ਹਾਂ, ਸਾਡੇ ਨਾਲ ਜੋ ਹੋਣਾ ਸਾਨੂੰ ਸਾਰੇ ਦੇਖਣਗੇ, ਸਾਨੂੰ ਪਬਲਿਕ ਦੀ ਸਪੋਰਟ ਮਿਲ ਰਹੀ ਹੈ, ਪਬਲਿਕ ਸਾਨੂੰ ਦੱਸੂਗੀ ਵੀ ਅਸੀਂ ਗਲਤ ਆ ਤਾਂ ਸਾਨੂੰ ਗਲਤ ਦੱਸਿਆ ਜਾਵੇ, ਅਸੀਂ ਜੇ ਗਲਤ ਹੋਵਾਂਗੇ ਤਾਂ ਸਾਡੇ ਨਾਲ ਗਲਤ ਕੀਤਾ ਜਾਵੇ, ਜੋ ਹੋਦਾ ਕਾਨੂੰਨੀ ਕਾਰਵਾਈ ਸਾਡੇ 'ਤੇ ਕੀਤੀ ਜਾਵੇ, ਜੇ ਅਸੀਂ ਸਹੀ ਹਾਂ ਤਾਂ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਦੇ ਦਿਲ 'ਤੇ ਕੀ ਬੀਤਦੀ ਹੋਊਗੀ, ਇਹ ਇਨਸਾਨ ਜਾਣ ਸਕਦਾ ਜਾਂ ਇਹਨਾਂ ਨੂੰ ਪਤਾ ਵੈ ਵੀ 15 ਲੱਖ ਰੁਪਏ ਲਾਇਆ, 20,000 ਰੁਪਇਆ 7 ਸਾਲ ਦੇਣਾ ਵੈ, ਕੰਮ ਤੋੜ ਕੇ ਤੋੜ ਕੇ ਘੁੰਮਦੇ ਪਏ ਨੇ। ਅੱਗੋਂ GM ਸਾਨੂੰ ਕਹੀ ਜਾਂਦਾ ਜੀ ਮੈਂ 2.5 ਘੰਟੇ ਲਾਏ, ਜਿਹੜੇ ਅਸੀਂ 10 ਦਿਨਾਂ ਤੋਂ 15 ਦਿਨਾਂ ਤੋਂ ਇਹਨਾਂ ਦੇ ਚੱਕਰ ਕੱਢਦੇ ਪਏ ਆ ਅਤੇ ਗੇੜੇ ਕੱਢਦੇ ਪਏ, ਅੱਜ ਮਜਬੂਰ ਹੋ ਗਏ ਸੀ ਜੇ ਮੀਡੀਆ ਦੇ ਨਾਲ ਆਏ ਆ ਤਾਂ ਸਾਨੂੰ ਕਹਿੰਦੇ ਸੀ ਅਸੀਂ ਉਹੀ ਗੱਡੀ ਤੁਹਾਡੀ ਆ ਜਿਹੜੀ ਪਿੱਛੇ ਖੜੀ ਹੈ, ਉਦਾਂ ਦੀ ਗੱਡੀ ਹੈ ਤੁਹਾਡੀ ਵੀ, ਉਹੀ ਮਾਡਲ ਆ? ਮਾਡਲ ਇਹੀ ਹੈ ਜੀ, ਸਾਨੂੰ ਪਰ ਦਿੱਤਾ ਪੁਰਾਣਾ ਮਾਡਲ ਇਹਨਾਂ ਨੇ। ਨਹੀਂ ਨਹੀਂ ਮਾਡਲ ਸੇਮ ਗੱਡੀ ਹੈ, ਸੇਮ। ਹਾਂਜੀ ਸੋ ਜ਼ੂਮ ਕਰਕੇ ਦਿਖਾਉਣਾ ਚਾਹਾਂਗਾ ਕਿ ਇਹਦੇ ਮੂਹਰੇ ਜਿਹੜਾ ਮਾਡਲ ਲੱਗਾ, ਬਟਰਫਲਾਈ ਦਾ ਜਿਹੜਾ ਲੋਗੋ ਲੱਗਾ ਆ,
ਉਹ ਬਟਰਫਲਾਈ ਦਾ ਲੋਗੋ ਲਗਾ ਸਪੋਰਟਸ ਮਾਡਲ ਦਾ ਪਰ ਜਿਹੜੇ ਇਹਨਾਂ ਨੂੰ ਦਿੱਤੇ ਆ ਗੱਡੀ ਦੇ ਉੱਤੇ ਬੰਪਰ ਦਾ ਲੱਗ ਦਿੱਤਾ ਉੱਤੇ ਬੰਪਰ ਪੁਰਾਣੇ ਮਾਡਲ ਦਾ ਲੋਗੋ ਪੁਰਾਣੇ ਮਾਡਲ ਦਾ ਬੰਪਰ ਸ਼ਾਇਦ ਨਵੇਂ ਮਾਡਲ ਦਾ ਲੋਗੋ ਪੁਰਾਣੇ ਮਾਡਲ ਦਾ ਬੰਪਰ ਵੀ ਪੁਰਾਣੇ ਮਾਡਲ ਦਾ ਦਿੱਤਾ ਜੀ ਬੰਪਰ ਵੀ ਪੁਰਾਣੇ ਮਾਡਲ ਦਾ ਇਹ ਲੋਗੋ ਵੀ ਪੁਰਾਣੇ ਮਾਡਲ ਦਾ ਹੈ ਜੇ ਅਸੀਂ ਉਹ ਪੁਰਾਣੇ ਮਾਡਲ ਵਾਲੀ ਗੱਡੀ 'ਤੇ ਜਾਂਦੇ ਤਾਂ ਸਾਨੂੰ ਸ਼ਾਇਦ 1,00,000 ਰੁਪਇਆ ਜਾਂ 1,50,000 ਰੁਪਇਆ ਡਿਸਕਾਊਂਟ ਮਿਲਦਾ ਦਸੰਬਰ ਦਾ ਮਹੀਨਾ ਸੀਗਾ ਅਸੀਂ ਨਹੀਂ ਲਿੱਤੀ ਅਸੀਂ ਬਟਰਫਲਾਈ ਵਾਲੀ ਗੱਡੀ ਲੈਣਾ ਚਾਹੁੰਦੇ ਸੀਗੇ ਵੀ ਨਵੀਂ ਗੱਡੀ ਲਵਾਂਗੇ ਨਵੇਂ ਲੋਗੋ ਦੀ ਲਵਾਂਗੇ ਫਿਰ ਵੀ ਸਾਨੂੰ ਪੁਰਾਣੀ ਗੱਡੀ ਨਵੀਂ ਕਰਕੇ ਚੇਪ ਦਿੱਤੀ ਇਹਨਾਂ ਨੇ ਉਹ ਤੋਂ ਸਾਡੇ ਨਾਲ ਬਦਮਾਸ਼ੀ ਕੀਤੀ ਜਾ ਰਹੀ ਹੈ ਖੁੱਲ੍ਹ ਕੇ ਇਹ ਤਾਂ ਤੁਸੀਂ ਹੁਣ ਸਾਰਿਆਂ ਨੇ ਦੇਖ ਹੀ ਲਿਆ ਮੀਡੀਆ ਵਾਲਿਆਂ ਨੇ ਵੀ ਦੇਖ ਲਿਆ ਕਿੱਦਾਂ ਬਦਮਾਸ਼ੀ ਕਰਦੇ ਪਏ ਨੇ ਕਿੱਦਾਂ ਸਾਡੇ ਨਾਲ ਕਰਦੇ ਪਏ ਨੇ ਸੋ ਕੈਮਰੇ ਨੂੰ ਜਿਹੜਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਨੁਮਾਇੰਦੇ ਵੱਲੋਂ ਅੰਦਰ ਜਿਹੜਾ ਕੀ ਆ ਇੱਥੇ ਦਿਖਾ ਰਹੀ ਹੈ ਕਿ ਤੁਹਾਨੂੰ ਇੱਥੋਂ ਪਹਿਲਾਂ ਦਿਖਾਉਂਦੇ ਹਾਂ ਫਿਰ ਅੰਦਰ ਜਾ ਕੇ ਵੀ ਕੋਸ਼ਿਸ਼ ਕਰਾਂਗੇ ਜਾਣ ਦੀ ਪਹਿਲਾਂ ਦਿਖਾ ਰਹੀ ਤੁਹਾਨੂੰ ਅੰਦਰ ਲੋਕ ਇਕੱਠੇ ਹੋਏ ਹੋਏ ਨੇ ਜਿਹੜੇ ਤਾਂ ਨਵੀਂ ਗੱਡੀ ਲੈਣ ਵੀ ਆਏ ਹੋਏ ਨੇ ਪਰ ਜਿਹੜਾ ਕਿ ਇੱਥੇ ਜਿਹੜੇ ਕਿ ਮੈਨੇਜਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਸੋ ਇੱਥੇ ਜਿਹੜੇ ਕੋਈ ਇੰਚਾਰਜ ਸਰ ਹੈਗੇ ਨੇ ਮੌਜੂਦ ਜੀ ਸੋ ਜਿਹੜੇ ਕਿ ਇੱਥੇ ਪੂਰੇ ਜਿਹੜੇ ਕਰਮਚਾਰੀ ਬੈਠੇ ਸੀ ਉਹ ਵੀ ਆਪਣੀ ਆਪਣੀ ਸੀਟਾਂ ਤੋਂ ਜਿਹੜੇ ਪਰੇ ਹੋ ਰਹੇ ਆ ਸੋ ਦੇਖਦੇ ਹਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਜਿਹੜੇ ਕੀ ਆ ਮੈਨੇਜਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇੱਥੇ ਜਿਹੜਾ ਕੀ ਆ ਦਾਦਾ ਮੋਟਰ ਵਿੱਚ ਲੁਧਿਆਣਾ ਢੋਲੇਵਾਲ ਵਿੱਚ ਪਹੁੰਚੇ ਆ ਪਰ ਕਿਸੇ ਵੀ ਜਿਹੜਾ ਕੀ ਆ ਇੱਥੇ ਦੀ ਕੰਪਨੀ ਦੇ ਇੰਪਲੋਇਜ਼ ਨੇ ਸਾਡੇ ਨਾਲ ਗੱਲ ਕਰਨ ਦੀ ਜਿਹੜੀ ਕੀ ਆ ਇੰਪਲੋਈ ਨੇ ਸਾਡੇ ਨਾਲ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਸੋ ਬਾਈ ਜੀ ਅਸੀਂ ਜਿਹੜਾ ਇਸ਼ਾਂਕ ਦਾਦਾ ਨੇ ਕੰਪਨੀ ਦੇ ਜਿਹੜੇ ਕੀ ਆ ਉਹਨਾਂ ਨਾਲ ਸਾਡੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਬੰਪਰ ਆ ਲਵਾਇਆ ਆ ਅਤੇ ਉਹ ਆਪਣੀ ਮਰਜ਼ੀ ਨਾਲ ਲਵਾਇਆ ਤੁਸੀਂ ਕਿਹਾ ਵੀ ਸਾਨੂੰ ਸੇਮ ਡੇ ਗੱਡੀ ਚਾਹੀਦੀ ਜਿਹੜਾ ਮਰਜ਼ੀ ਬੰਪਰ ਲਾ ਕੇ ਦਿਓ ਅਤੇ ਫਿਰ ਉਹ ਕਹਿੰਦੇ ਵੀ ਜਿਹੜਾ ਕਿ ਅਸੀਂ ਇਹਨਾਂ ਦੀ ਜੋ ਵੀ ਹੈ ਅਸੀਂ ਗੱਡੀ ਦੀ ਪ੍ਰੋਬਲਮ ਆ ਦੂਰ ਕਰ ਦਿੱਤੀ ਹੈ ਪਰ ਇਹ ਸਾਨੂੰ ਬਲੈਕਮੇਲ ਕਰ ਰਹੇ ਨੇ ਸਰ ਪਹਿਲੀ ਗੱਲ ਤਾਂ ਬਲੈਕਮੇਲ ਜਿਹੜਾ ਇਹਨਾਂ ਨੇ ਕਿਹਾ ਅਸੀਂ ਇਹਦੇ 'ਤੇ ਵੀ ਐਕਸ਼ਨ ਇਹਨਾਂ ਨੂੰ ਹੁਣ ਬਲੈਕਮੇਲ ਅਸੀਂ ਕੋਰਟ ਥਰੂ ਕਰਾਂਗੇ ਵੀ ਅਸੀਂ ਇੱਕ ਟੈਕਸ ਪੇਡ ਬੰਦੇ ਹੋ ਕੇ ਸਾਡੀ ਮਾਰਕੀਟ ਦੇ ਵਿੱਚ ਗਿੱਲ ਚੌਂਕ ਦੇ ਵਿੱਚ ਆਪਣੀ ਸ਼ੋਪ ਹੈ ਸਾਡਾ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਅਸੀਂ ਕਿਹਨੂੰ ਅੱਜ ਤੱਕ ਬਲੈਕਮੇਲ ਕੀਤਾ ਅਸੀਂ ਬਲੈਕਮੇਲ ਹੋ ਗਏ 1,500,000 'ਚ ਦੀ ਗੱਡੀ ਲੈ ਕੇ ਜੇ ਪੁਰਾਣੀ ਗੱਡੀ ਅਸੀਂ ਚਲਾ ਰਹੇ ਹਾਂ ਬਲੈਕਮੇਲ ਅਸੀਂ ਹੋ ਗਏ ਸਾਨੂੰ ਇਹ ਉਲਟਾ ਸਾਨੂੰ ਕਹਿੰਦੇ ਪਏ ਨੇ ਬਲੈਕਮੇਲ ਇਸ ਗੱਲ ਦਾ ਤਾਂ ਅਸੀਂ ਐਕਸ਼ਨ ਲਵਾਂਗੇ ਉਹਨਾਂ ਦਾ ਕੋਰਟ ਥਰੂ ਮਾਣਹਾਨੀ ਦਾ ਦਾਅਵਾ ਅਸੀਂ ਕਰਾਂਗੇ ਅਸੀਂ ਦੋਨੋਂ ਭਰਾ ਟੈਕਸ ਪੇਡ ਆ ਅਸੀਂ ਸਾਡੀ ਆਪਣੀ ਸ਼ੋਪ ਹੈ ਉੱਥੇ ਮਾਰਕੀਟ ਦੇ ਵਿੱਚ ਬਿਜ਼ਨਸ ਕਰਦੇ ਪਏ ਹਾਂ ਜੇ 1,500,000 ਦੀ ਗੱਡੀ ਕਹਿ ਰਹੇ ਮੇਰੀ ਆਪਣੀ 1,300,000 ਦੀ ਗੱਡੀ ਮੇਰੇ ਕੋਲ ਖੜੀ ਹੈ ਅਸੀਂ ਕੰਮ ਕਰਨ ਵਾਲੇ ਬੰਦੇ ਹਾਂ ਅਤੇ ਅੱਜ ਸਾਨੂੰ ਇਹਨਾਂ ਨੇ ਬਲੈਕਮੇਲ ਦਾ ਧੱਬਾ ਲਾ ਤਾ ਹੋਰ ਕੁਛ ਇਹਨਾਂ ਕੋਲ ਨਹੀਂ ਹੋਇਆ ਅਤੇ ਅੱਜ ਸਾਨੂੰ ਬਲੈਕਮੇਲ ਬਣਾ ਤਾ ਇਹਨਾਂ ਨੇ ਪੁਲਿਸ ਇੱਥੇ ਆਈ ਸੀ ਪੁਲਿਸ ਆਈ ਸੀ ਕੀ ਕਹਿਣਾ ਪੁਲਿਸ ਵਾਲੇ ਆਉਂਦਾ ਜਿਹੜਾ ਪਲਾਜ਼ਮ ਆਏ ਸੀ ਉੱਥੇ ਪੁਲਿਸ ਵਾਲੇ ਕਹਿੰਦੇ ਜੀ ਤੁਸੀਂ ਉੱਥੇ ਦਾਣੇ ਆ ਕੇ ਤੁਹਾਡੇ ਵੱਲੋਂ ਵੀ ਕੰਪਲੇਂਟ ਬੰਦੀ ਤੁਸੀਂ ਵੀ ਕੰਪਲੇਂਟ ਕਰੋ ਇਹਨਾਂ ਨੇ ਕੰਪਲੇਂਟ ਕੀਤੀ ਹੈ ਵੀ ਮੀਡੀਆ ਨੂੰ ਲੈ ਕੇ ਆ ਰਹੇ ਨੇ ਸਾਡੇ ਕੋਲ ਅਤੇ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਅਸੀਂ ਆਮ ਬੰਦਾ ਤਾਂ ਮੀਡੀਆ ਕੋਲ ਜਾਏਗਾ ਜਾਂ ਕੋਰਟ ਕੋਲ ਜਾਏਗਾ ਅਸੀਂ ਤਾਂ ਆਪਣੀ ਸੁਣਵਾਈ ਲਈ ਮੀਡੀਆ ਨੂੰ ਲੈ ਕੇ ਆ ਰਹੇ ਹਾਂ ਅਸੀਂ ਕੋਈ ਇੱਥੇ ਆ ਕੇ ਧੱਕਾ ਨਹੀਂ ਕੀਤਾ ਕਿਸੇ ਨਾਲ ਬਤਮੀਜ਼ੀ ਨਹੀਂ ਕੀਤੀ ਹਰੇਕ ਬੰਦੇ ਨੂੰ ਅਸੀਂ ਜੀ ਕਰਕੇ ਬੋਲਿਆ ਵਾ ਕੋਈ ਸਾਡੇ ਵੱਲੋਂ ਤੋੜ ਭੰਨ ਨਹੀਂ ਹੈ ਕੋਈ ਕੁਛ ਨਹੀਂ ਹੈ ਇਹ ਨਜਾਇਜ਼ ਹੀ ਬਲੈਕਮੇਲ ਵਾਲਾ ਸਾਡੇ 'ਤੇ ਅੱਜ ਧੱਬਾ ਲਾ ਤਾ ਇਹਨਾਂ ਨੇ ਨਵਾਂ ਧੱਬਾ ਸੁਣਨ ਨੂੰ ਮਿਲ ਗਿਆ ਪਹਿਲਾਂ ਅਸੀਂ 1,500,000 ਦੀ ਗੱਡੀ ਨੂੰ ਡਸਟਬਿਨ ਬਣਾ ਤਾ ਅੱਜ ਸਾਡੇ 'ਤੇ ਧੱਬਾ ਦੇ ਤਾ ਜੀ ਇਹਨਾਂ ਨੇ ਬਲੈਕਮੇਲ ਕੀਤਾ ਕੀ ਬਲੈਕਮੇਲ ਕੀਤਾ ਸਾਨੂੰ ਉਹਦਾ ਦੱਸਣ ਪ੍ਰੂਫ ਦੇਣ ਅਸੀਂ ਕੀ ਬਲੈਕਮੇਲ ਕੀਤਾ ਜੇ ਅਸੀਂ ਗਲਤ ਆ ਤਾਂ ਸਾਡੇ 'ਤੇ ਕਾਰਵਾਈ ਕਰਨ ਬਿਨੋ ਜੀ ਤੁਸੀਂ ਇੱਥੇ ਜਿਹੜਾ ਮੀਡੀਆ ਨੂੰ ਤੁਸੀਂ ਬੁਲਾਇਆ ਆ ਕਿ ਮੀਡੀਆ ਬਿਨਾਂ ਗੱਲ ਦੇ ਤੁਹਾਡੇ ਕੋਲ ਆਪ ਆ ਗਈ ਜੇ ਤੁਹਾਡੀ ਗੱਲ ਨਹੀਂ ਸੁਣੋ ਸੀ ਮੀਡੀਆ ਨੂੰ ਤੁਸੀਂ ਅਪਰੋਚ ਕੀਤਾ ਨਾ ਮੀਡੀਆ ਨੂੰ ਅਸੀਂ ਅਪਰੋਚ ਕੀਤਾ ਜਾਂ ਸਾਡੀ ਸੁਣਵਾਈ ਨਹੀਂ ਹੋਏਗੀ ਜੀ ਕੋਈ ਸਾਨੂੰ ਤਾਂ ਫਿਰ ਕੋਈ ਨਾ ਕੋਈ ਤਾਂ ਸਹਾਰਾ ਲੈਣਾ ਪਏਗਾ ਨਾ ਕਿਸੇ ਦਾ ਜੇ ਹੁਣ ਮੀਡੀਆ ਨਾਲ ਨਾ ਸਾਡੀ ਕੋਈ ਸੁਣਵਾਈ ਹੁੰਦੀ ਤਾਂ ਅਸੀਂ ਕੰਜ਼ੂਮਰ ਕੋਰਟ 'ਚ ਜਾਣਾ ਸੀਗਾ ਪਰ ਅਸੀਂ ਹੁਣ ਵੀ ਅਸੀਂ ਕੰਜ਼ੂਮਰ ਕੋਰਟ 'ਚ ਕੇਸ ਕਰਾਂਗੇ ਕੱਲ ਨੂੰ ਇਹਨਾਂ ਦੇ ਖਿਲਾਫ ਲੱਗਦਾ ਤੁਹਾਡੀ ਸੁਣਵਾਈ ਹੋਏਗੀ ਜੇ ਸਾਡੇ ਨਾਲ ਮੀਡੀਆ ਸਾਥ ਨਾ ਵੀ ਦਿੰਦੀ ਨਾ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਸੀ ਸਾਨੂੰ ਤਾਂ ਇਹਨਾਂ ਨੇ ਉਦੀ ਬਲੈਕਮੇਲ ਸਾਨੂੰ ਕਰਨਾ ਸੀਗਾ ਉਲਟਾ ਸਾਨੂੰ ਤਾਂ ਮੀਡੀਆ ਦਾ ਸਹਾਰਾ ਮਿਲਿਆ ਤਾਂ ਕਰਕੇ ਥੋੜ੍ਹੀ ਜਿਹੀ ਸਾਡੀ ਸੁਣਵਾਈ ਹੈ ਅਸੀਂ ਤਾਂ ਮੀਡੀਆ ਨੂੰ ਥੈਂਕਸ ਕਰਦੇ ਹਾਂ ਅਤੇ GM ਸਾਨੂੰ ਕਹਿੰਦਾ ਪਿਆ ਮੀਡੀਆ ਨਾਲ ਅਸੀਂ ਸੈਟਲ ਕਰ ਲੈਂਦੇ ਹਾਂ ਇਹ GM ਦੇ ਵਰਡ ਸੀਗੇ ਪਿਛਲੇ ਮੀਟਿੰਗ 'ਚ ਸਾਡੇ ਨਾਲ ਕੀਤੀ ਗਈ ਸੋ ਦੇਸ਼ ਬੇਸ਼ੱਕ ਜਿਹੜਾ ਕਿ ਆਧੁਨਿਕ ਹੋ ਰਿਹਾ ਆ ਦੇਸ਼ 'ਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਦੇਸ਼ ਬਾਹਰਲੇ ਕੰਟਰੀਆਂ ਦੇ ਮੁਕਾਬਲੇ ਜਿਹੜੀਆਂ ਇੱਥੇ ਸੜਕਾਂ ਹੋਣਗੀਆਂ ਬਾਹਰਲੇ ਦੇਸ਼ ਦੇ ਮੁਕਾਬਲੇ ਇੱਥੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਭਗਵੰਤ ਮਾਨ ਸਾਹਿਬ ਵੱਡੀਆਂ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਹੱਲ ਕੀਤੇ ਜਾਣਗੇ ਪਰ ਜੇ ਸ਼ਾਇਦ ਇਹੀ ਘਟਨਾ ਕਿਸੇ ਬਾਹਰਲੀ ਫੋਰਨ ਕੰਟਰੀ 'ਚ ਹੁੰਦੀ ਤਾਂ ਇਸ ਟਾਈਮ ਉਹਨਾਂ ਦੀ ਸੁਣਵਾਈ ਹੋਣੀ ਸੀ ਤਾਂ ਵੱਡੇ ਜੁਰਮਾਨੇ ਲੱਗਣੇ ਸੀਗੇ ਪਰ ਇੰਡੀਆ ਦੇ ਵਿੱਚ 10 ਦਿਨਾਂ ਤੋਂ ਕੰਮ ਤੋੜ ਕੇ ਧੱਕੇ ਖਾ ਰਹੇ ਨੇ ਲੋਕ ਇੱਥੇ ਆ ਰਹੇ ਨੇ ਦਾਦਾ ਮੋਟਰ ਢੋਲੇਵਾਲ ਵਿੱਚ ਖੜ੍ਹੇ ਨੇ ਧੱਕੇ ਖਾ ਰਹੇ ਨੇ ਪ੍ਰਸ਼ਾਸਨ ਬੁਲਾ ਲਿੱਤਾ ਜਾਂਦਾ ਆ ਮੀਡੀਆ ਉੱਤੇ ਵੀ ਸੋ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚਦੇ ਆ
ਸੋ ਆਮ ਲੋਕ ਜਿਹੜੇ ਤੋਂ ਗੱਡੀ ਲੈ ਜਾਂਦੇ ਆ ਸ਼ਾਇਦ ਨਾਲ ਹੀ ਉਹੀ ਨਿੱਕੇ ਮੋਟੇ ਕੀੜੇ ਮਕੌੜੇ ਹੀ ਹੁੰਦੇ ਆ ਸੋ ਦੇਖਦੇ ਹਾਂ ਕਿ ਇਹਨਾਂ ਨੂੰ ਇਨਸਾਫ ਮਿਲਦਾ ਆ ਕਿ ਜਾਂ ਫਿਰ ਇਹਨਾਂ ਨੂੰ ਵੀ ਅੰਡਰ ਪ੍ਰੈਸ਼ਰ ਕੀਤਾ ਜਾਂਦਾ ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਉਹਦੇ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜ ਜੀਰਾ।